ਗੁਜਰਾਤ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦਾਵਾ ਕਰਦੇ ਨੇ ਕਿ 80 ਸੀਟਾਂ ਆ ਰਹੀਆਂ ਤਖਤ ਅਜੇ ਬਹੁਤ ਦੂਰ ਨਜ਼ਰ ਆ ਰਿਹਾ ਜਿੱਥੇ ਜਾਓ ਚਰਚਾ ਇਹ ਹੁੰਦੀ ਹੈ ਕਿ ਹਵਾ ਕਿੱਧਰ ਨੂੰ ਚੱਲ ਰਹੀ ਹੈ ਸਥਿਤੀ ਕੀ ਹੈ ਅਕਾਲੀ ਦਲ ਦੇ ਬਾਰੇ ਮੋਟੇ ਤੌਰ ਤੇ ਪਰਸੈਪਸ਼ਨ ਬਣ ਗਈ ਕਿ ਪਾਵਰ ਵਿਦਆਊਟ ਅਕਾਊਂਟੇਬਿਲਟੀ ਝੂਠੇ ਪਰਚੇ ਕਰਾਉਂਦੇ ਨੇ ਡਰੱਗਸ ਵਧੀ ਇਹਨਾਂ ਦੇ ਰਾਜ ਦੇ ਵਿੱਚ ਪਰ ਜਿੰਨਾ ਪੰਜਾਬ ਵਿੱਚ ਡਰੱਗ ਹੈ ਉਹਨਾਂ ਦਿੱਲੀ ਵਿੱਚ ਹੈ ਉਹਨਾਂ ਹਰਿਆਣੇ ਵਿੱਚ ਹੈ ਉਹਨਾਂ ਗੋਆ ਵਿੱਚ ਹੈ ਉਹਨਾਂ ਮੁੰਬਈ ਵਿੱਚ ਹੈ ਉਹਨਾਂ ਬੰਗਲੌਰ ਵਿੱਚ ਹੈ ਚਰਚਾ ਪੰਜਾਬ ਦੀ ਹੈ FIR ਹੋਈ ਹੈ ਵਿਕਰਮ ਮਜੀਠੀਆ ਤੇ ਪਾਰਟੀ ਨੇ ਹੁਣ ਵੋਟਾਂ ਲੈਣੀਆਂ ਤੁਹਾਨੂੰ ਲੱਗਦਾ ਕਿ ਓਵਰਆਲ ਪਾਰਟੀ ਦੀ ਇਮੇਜ ਨੂੰ ਡੈਮੇਜ ਹੋਇਆ ਕਿਉਂਕਿ ਪਾਰਟੀ ਇਸੇ ਇਸ਼ੂ ਤੋਂ ਬਚਣਾ ਚਾਹੁੰਦੀ ਸੀਗੀ ਜਿਹੜਾ ਸਭ ਤੋਂ ਵੱਡਾ ਬਣ ਕੇ ਅੱਗੇ ਖੜਾ ਹੋ ਗਿਆ ਇਹਦਾ ਵੀ ਐਵੀਡੈਂਸ ਨਿਕਲ ਆਇਆ ਵਿਕਰਮ ਸਿੰਘ ਮਜੀਠੇ ਦੇ ਖਿਲਾਫ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕਿਹਾ ਮੈਂ ਰਾਜਨੀਤੀ ਛੱਡ ਦਾਂਗਾ ਮੈਂ ਵੀ ਛੱਡ ਦਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਚਿਹਰੇ ਸੀਗੇ ਕਿਸੇ ਸਮੇਂ ਸੁਖਦੇਵ ਸਿੰਘ ਢੀਂਡਸਾ ਜਾਂ ਹੋਰ ਜਿਹੜੇ ਲੀਡਰ ਮਨਜਿੰਦਰ ਸਿੰਘ ਸਿਰਸਾ ਵਰਗੇ ਚਿਹਰੇ ਬਾਂਹ ਹੀ ਨਹੀਂ ਮਰੋੜੀ ਜਾਂਦੀ ਆਪਦਾ ਵੀ ਇੰਟਰਸਟ ਹੈਗਾ ਬੀਜੇਪੀ ਨੂੰ ਰਿਸਪੌਂਸ ਮਿਲ ਰਿਹਾ ਪੰਜਾਬ ਦੇ ਵਿੱਚ ਇਹਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਵਾਲਾ ਉਹਦਾ ਵਿਕਲਪ ਖੜਾ ਕੀਤਾ ਜਾ ਰਿਹਾ ਬੀਜੇਪੀ ਵੱਲੋਂ ਮੁੱਦਾ ਹੀ ਲਾਖ ਬੁਰਾ ਚਾਹੇ ਤੋ ਵੀ ਕੀ ਹੁੰਦਾ ਹੈ ਉਹੀ ਹੁੰਦਾ ਹੈ ਜੋ ਮਨਜ਼ੂਰ ਹੈ ਖੁਦਾ ਹੁੰਦਾ ਹੈ ਗੁਜਰਾਲ ਸਾਹਿਬ ਸਰਵੇਜ਼ ਨੂੰ ਸੀਰੀਅਸਲੀ ਨਹੀਂ ਲੈ ਰਹੇ ਸਰਵੇਜ਼ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਜਾਂ ਕੌਨਫੀਡੈਂਸ ਹੈ ਤੀਸਰੀ ਚੀਜ਼ ਹੈ ਦੋਨੋਂ ਚੀਜ਼ਾਂ ਬੀਜੇਪੀ ਦੇ ਲੀਡਰ ਹੁਣ ਜਾ ਕੇ ਕਹਿੰਦੇ ਨੇ ਕਿ ਸਾਨੂੰ ਤੇ ਅਕਾਲੀ ਦਲ ਨੇ ਬਹੁਤ ਦਬਾ ਕੇ ਰੱਖਿਆ ਸਾਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ ਸੀ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਹੁਣ ਤੇ ਪਿੰਡਾਂ ਵਿੱਚ ਵੜ ਗਏ ਨੇ ਨਾ 10 ਤਰੀਕ ਨੂੰ ਦੇਖਾਂਗੇ ਕਿੰਨੀ ਸੀਟਾਂ ਆਉਂਦੀਆਂ ਪਿੰਡਾਂ ਤੋਂ ਕਾਂਗਰਸੀ ਲੀਡਰ ਇਹ ਵੀ ਕਹਿੰਦੇ ਨੇ ਕਹਿੰਦੇ ਜਿਹੜੀਆਂ ਰੇਡਾਂ ਹੋ ਰਹੀਆਂ ਨਾ ਉਹ ਕਾਂਗਰਸ ਦੇ ਲੀਡਰਾਂ ਤੇ ਹੋ ਰਹੀਆਂ ਕਹਿੰਦੇ ਅਸੀਂ ਸ਼ਰਤ ਲਾ ਕੇ ਕਹਿ ਸਕਦੇ ਹਾਂ ਇਹ ਰੇਡ ਜਿਹੜੇ ਨੇ ਕਿਸੇ ਅਕਾਲੀ ਲੀਡਰ ਤੇ ਨਹੀਂ ਹੋਣੇ ਕਿਸੇ ਬੀਜੇਪੀ ਦੇ ਲੀਡਰ ਤੇ ਨਹੀਂ ਮਹਾਰਾਜ ਤੁਸੀਂ ਮੈਨੂੰ ਦੱਸੋ ਜੇ ਕਾਂਗਰਸ ਦਾ ਪ੍ਰੈਜ਼ੀਡੈਂਟ ਆਪ ਕਵੇ ਕਿ ਮੇਰੀ ਸਰਕਾਰ ਵਿੱਚ ਹਰ ਸਾਲ 30-35 ਹਜ਼ਾਰ ਕਰੋੜ ਮਾਫੀਆ ਖਾ ਰਿਹਾ ਤੇ ਫਿਰ ਰੇਡ ਕਿਉਂ ਨਾ ਹੋਣ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਤੇ BSP ਦਾ ਗੱਠਜੋੜ ਕਾਫੀ ਦੇਰ ਤੱਕ ਰੁਕਿਆ ਰਿਹਾ ਕਿਉਂਕਿ ਉੱਪਰੋਂ BJP ਦਾ ਪ੍ਰੈਸ਼ਰ ਸੀਗਾ ਕਿ ਇਹ ਅਲਾਈਂਸ ਨਾ ਹੋ ਪਾਏ ਇਹ ਅੜੀ ਫਸੀ ਕਿੱਥੇ ਰਹੀ ਗੱਲ ਹੀ ਨਹੀਂ ਦੇ ਕਿ ਕਲੀਅਰ ਮੈਜੋਰਿਟੀ ਦੇ ਵਿੱਚ ਸ਼ਾਇਦ ਕੋਈ ਵੀ ਨਾ ਆ ਪਾਏ ਇਹ ਹੰਗ ਅਸੈਂਬਲੀ ਵੱਲ ਨੂੰ ਸਿਚੁਏਸ਼ਨ ਵੱਧ ਰਹੀ ਹੈਗੀ ਹੈ ਅਕਾਲੀ ਦਲ ਕਿਹਦੇ ਨਾਲ ਜਾ ਸਕਦਾ ਕਿਉਂਕਿ ਕਈ ਵਾਰੀ ਦੁਸ਼ਮਣ ਦੇ ਮੋਢੇ ਤੇ ਵੀ ਬਾਹਰ ਰੱਖ ਲੈਂਦੇ ਆ ਪੋਲੀਟਿਕਸ ਦੇ ਵਿੱਚ ਦੈਨਿਕ ਸਵੇਰਾ ਕੌਨਕਲੇਵ 2022 ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਪਮਿਲ ਪਾਟਿਆ ਚਰਚਾ ਹਰ ਪਾਸੇ ਵਿਧਾਨ ਸਭਾ ਚੋਣਾਂ ਦੀ ਹੋ ਰਹੀ ਹੈ ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਦੇਸ਼ ਦੀ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਭਵਿੱਖ ਨੂੰ ਲੈ ਕੇ ਚੋਣਾਂ 'ਤੇ ਚਰਚਾ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਸਾਡੇ ਨਾਲ ਸਮੰਚ 'ਤੇ ਖਾਸ ਮਹਿਮਾਨ ਜੁੜ ਰਹੇ ਨੇ ਉਹਨਾਂ ਦਾ ਤਾਰੁਫ ਕਰਵਾ ਦਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਇਸ ਚਰਚਾ ਨੂੰ ਅੱਗੇ ਤੁਰਨ ਤੋਂ ਪਹਿਲਾਂ ਦੈਨਿਕ ਸਵੇਰਾ ਨਿਊਜ਼ ਪੇਪਰ ਦੈਨਿਕ ਸਵੇਰਾ TV ਤੇ ਦੈਨਿਕ ਸਵੇਰਾ ਕੇਬਲ ਨੈਟਵਰਕ ਦੇ ਚੇਅਰਮੈਨ ਤੇ ਐਡੀਟਰ ਇਨ ਚੀਫ ਸ਼੍ਰੀ ਸ਼ੀਤਲ ਵਿੱਜ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਸਰ ਸਟੇਜ ਤੇ ਆਉਣ ਤੇ ਸਾਡੇ ਸਨਮਾਨਿਤ ਗੈਸਟ ਨੂੰ ਸਨਮਾਨ ਚਿੰਨ੍ਹ ਭੇਟ ਕਰਨ ਦੈਨਿਕ ਸਵੇਰਾ ਕੌਨਕਲੇਵ ਦੇ ਵਿੱਚ ਅਸੀਂ ਸ਼ੁਰੂਆਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਭਵਿੱਖ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 1920 'ਚ ਬਣਿਆ ਸੀਗਾ ਅਤੇ ਹੁਣ 100 ਸਾਲ ਆਪਣੇ ਪੂਰੇ ਕਰ ਚੁੱਕਿਆ ਹੈ ਪਰ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਭ ਤੋਂ ਕਮਜ਼ੋਰ ਸਥਿਤੀ ਦੇ ਵਿੱਚ ਪਹੁੰਚਿਆ ਇਸ ਵਾਰੀ ਲੜਾਈ ਵਜੂਦ ਦੀ ਬਣੀ ਹੋਈ ਹੈ ਆਪਣੀ ਸਿਆਸੀ ਜ਼ਮੀਨ ਪਾਰਟੀ ਪੰਜਾਬ ਦੇ ਵਿੱਚ ਕਿੱਥੇ ਦੇਖ ਰਹੀ ਹੈ ਕਿਉਂਕਿ ਪੰਜਾਬ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਇਸ ਤਰ੍ਹਾਂ ਦੀ ਸਥਿਤੀ ਕਦੇ ਨਹੀਂ ਰਹੀ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਧਿਰਾਂ ਨੂੰ ਮੈਂਡੇਟ ਦਿੱਤਾ ਹੋਵੇ ਜਿਸ ਨੂੰ ਫ੍ਰੈਕਚਰ ਮੈਂਡੇਟ ਵੀ ਕਹਿ ਦਿੰਦੇ ਆ ਤੇ ਇਸ ਤਰ੍ਹਾਂ ਦੀ ਸਥਿਤੀ ਵੀ ਕਦੇ ਨਹੀਂ ਰਹੀ ਕਿ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਇੰਨੇ ਵੱਡੇ ਸਿਆਸੀ ਚਿਹਰੇ ਇੱਕੋ ਸਮੇਂ ਮੈਦਾਨ ਦੇ ਵਿੱਚ ਉਤਰੇ ਹੋਣ ਪਾਰਟੀ ਦੀ ਕੀ ਰਣਨੀਤੀ ਹੈ ਕਿਸ ਤਰ੍ਹਾਂ ਦੇ ਨਾਲ ਆਪਣੀ ਸਿਆਸੀ ਜ਼ਮੀਨ ਦੇਖ ਰਹੀ ਹੈ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨਰੇਸ਼ ਗੁਜਰਾਲ ਸਾਹਿਬ ਐਕਸਕਲੂਸਿਵ ਵੀ ਜੁੜੇ ਨੇ ਗੁਜਰਾਲ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦਾਵਾ ਕਰਦੇ ਨੇ ਕਿ 80 ਸੀਟਾਂ ਆ ਰਹੀਆਂ ਤਖ਼ਤ ਅਜੇ ਬਹੁਤ ਦੂਰ ਨਜ਼ਰ ਆ ਰਿਹਾ ਜਿੱਥੇ ਜਾਓ ਚਰਚਾ ਇਹ ਹੁੰਦੀ ਹੈ ਕਿ ਹਵਾ ਕਿੱਧਰ ਨੂੰ ਚੱਲ ਰਹੀ ਹੈ ਸਥਿਤੀ ਕੀ ਹੈ ਤੁਸੀਂ ਇੰਨੇ ਤਜਰਬੇਕਾਰ ਲੀਡਰ ਹੈਗੇ ਹੋ ਹੁਣ ਤੱਕ ਦੀ ਸਥਿਤੀ ਨੂੰ ਦਾ ਅੰਕਲਨ ਕਿਵੇਂ ਕਰ ਰਹੇ ਇਤਿਹਾਸ ਵੱਲ ਇੱਕ ਨਜ਼ਰ ਮਾਰ ਕੇ ਵੇਖ ਲਓ ਜਿਸ ਵੇਲੇ ਅਸੀਂ ਆਏ ਸੀ ਉਸ ਵੇਲੇ ਪੰਜਾਬ ਦੀ ਕੀ ਹਾਲਤ ਸੀ ਜਿਸ ਵੇਲੇ ਅਸੀਂ ਗਏ ਸੀ 10 ਸਾਲਾਂ ਬਾਅਦ ਅਸੀਂ ਪੰਜਾਬ ਨੂੰ ਪਾਵਰ ਸਰਪਲਸ ਕਰਤਾ ਸੀ ਕਿਆ ਸੜਕਾਂ ਬਣਾ ਗਏ ਸੀ ਸੁਖਬੀਰ ਸਿੰਘ ਬਾਦਲ ਇੱਥੇ ਉਸ ਵੇਲੇ ਕਹਿੰਦੇ ਸੀ
कि पंजाब की सड़कां गुजरात तो भी वधिया ने, इंटरनेशनल एयरपोर्ट अमृतसर, इंटरनेशनल एयरपोर्ट चंडीगढ़ मोहाली, तो छोटे छोटे एयरपोर्ट भावें बठिंडा भावें लुधियाना, लेकिन जलंधर की भी जी सोच सी वह अकाली दल की सी। साढ़े नाल उस वेले भाजपा साडा भाईवाल सी, साडे लोगों ने कोशिश हुई तां जाके जलंधर इस नूं जलंधर नूं भी एयरपोर्ट मिलिया। इनवेस्ट पंजाब असी शुरू किया, वड्डी वड्डी कंपनियां इत्थे आईयां। ITC का सब तो वड्डा फूड प्रोसैसिंग प्लांट कपूर थले असी लवाया। इनफोसिस आई, TCS आई, ए सारे किस तरह आए? एक विजन सी, एक सोच सी कि असी किस तरह पंजाब नूं दोबारा खड़ा करना है ते अपने यूथ नूं किस तरह नौकरियां देनी है। सिर्फ एक एक एक, एक कह दियो घर घर नौकरी, उहदे नाल नौकरी आ जांदी है। ठीक है, मैं इस ते भी आवांगा। तुसीं क्या पावर सरप्लस, अकाली दल बीजेपी की सरकार उस समय यह कहा जाता सीगा कि पावर विदाउट अकाउंटेबिलिटी की सरकार हैगी है। झूठे परचे, ड्रग्स, बेअदबियां हो गई तुहाडे सरकार के समय, कॉन्फ्लिक्ट ऑफ इंटरस्ट, जिस स्टेट दे विच सरकार है उस स्टेट दे विच कारोबार खड़े करते अकाली दल के वड्डे लीडर ने। यह अकाली दल के राज का दूसरा हिस्सा सी, परसैप्शन तुहाडी पार्टी की यह बनी, उदे करके तुहानू पिछले इलेक्शन्स दे विच नुकसान भी होया। तुहानू लगता कि जिहड़ी यह इमेज सी अकाली लीडरां दी कि पावर विदाउट अकाउंटेबिलिटी, सिर्फ सड़कां या बेसिक इंफ्रास्ट्रक्चर देना टोटल विकास नहीं हुंदा, सोशल सिक्योरिटी लोगों नू देनी, यह भी सरकार की जिम्मेवारी? पंजाब गरीब लोगों नू पता, लोग सोचते हैं कि पंजाब बहुत खुशहाल है, इत्थे गरीबी बहुत है। हाली भी पंजाब ही एक स्टेट है, 32-33% दलित इत्थे रहिंदे ने। उन्हां दी हालत किने इंप्रूव करवाई? आटा दाल स्कीम किने शुरू की? शगुन स्कीम किने दिती? दलितां नूं फ्री बिजली किने दिती? उन्हां दी बच्चियां नूं मुफ्त पढ़ाई किने करवाई? हर एक तुसी देख लो जो कुछ अज भी हो रहा पंजाब विच, सारा कुछ शुरू सरदार प्रकाश सिंह बादल जी ने किया। उस वेले मजाक साडा उड़दा सी कि किस तरह देंगे जी आटा दाल, अज सारे देश नूं अपनाना पिया। असी शुरू किया, उहदे बाद डॉक्टर मनमोहन सिंह ने सारे हिंदुस्तान में स्कीम आई, शगुन स्कीम असी शुरू की सी। उन्हें वड्डे वड्डे वायदे कर देंदे रहे, 50,000 दे दांगे, 60,000 दे दांगे, मिल रही है लोगों नूं? कितना बैकलॉग है, पुछो इन्हां नूं क्यों नहीं दित्ती गई? असी कदी नहीं किया घर घर नौकरी, असी कदी नहीं किया कि जिहनूं जिहदे कोल नौकरी नहीं होएगी असी उहनूं पट्ठा देवांगे, इन्हां ने दित्ता है कोई? देखो झूठ मार के कदी काम नहीं हुंदा। जिहड़ी अकाली दल दी मैं कहांगा एक अचीवमेंट है, बादल साहब ने कदी कोई ऐसा वायदा नहीं किया जिहड़ा पूरा ना किया हो। वह गल ठीक है गुजराल साहब, मैं कह रहा भी अपने इतिहास तो भज्या भी नहीं जाता, वो तुहाडा परछावां हुंदा तुहाडे नाल रहिंदा। मैं ये गल कर रहा जिहड़ी परसैप्शन बनी पोलीटिक्स च, परसैप्शन बहुत इंपोर्टेंट हुंदी और बहुत असरदार हुंदी। जिहड़ी ये परसैप्शन बनी है, जिहड़ी मैं तुहानूं चार चीज़ां गिणाईआं कि अकाली दल दे बारे मोटे तौर पर परसैप्शन बन गई कि पावर विदाउट अकाउंटेबिलिटी, झूठे परचे कराउंदे ने, ड्रग्स वधी इन्हां दे राज दे विच, बेअदबी हो गई। इस चीज़ दा, इस चीज़ दा तुहानूं लगदा नुकसान या असर होएगा अकाली दल? हर चीज़ दा जवाब देवां, इक इक करके करने आ। तुसीं कहिंदे हो झूठे परचे, मैं नहीं कहिंदा, परसैप्शन है। परसैप्शन बनाई ना उस वेले बनाई, चोण जितने लिए बनाई। 5 साल कांग्रेस का राज रहा, कोई एक चीज भी अगे आई कि असी केड़े झूठे परचे बनवाए सी? तुसी मैनू दसो आया कोई बार? जे असी झूठे परचे किते होंदे तो सजा होंदी ना लोगों नू, किनू सजा हुई है तुसी मैनू दसो? हुण तुसी आ जाओ दूजे मुद्दे के उत्ते, ड्रग्स की तुसी गल करदे हो। देखो ड्रग पंजाब दे अगे बहुत वड्डा चैलेंज है। मैं थोड़ी जी इहदे विच तफसील विच जावांगा। इहदे दो पहलू होंदे ने, डिमांड एंड सप्लाई। जिथे डिमांड होएगी ड्रग उत्थे जाएगा। अनफॉर्चुनेटली पंजाब विच डिमांड क्रिएट हुई। उहदे लई तुसी किसी मुख्यमंत्री नूं नहीं ब्लेम कर सकते, ना मैं बादल साहब नूं ब्लेम कर सकना, ना मैं कैप्टन साहब नूं कर सकना, ना मैं चन्नी साहब नूं कर सकना। डिमांड ते ऐसी चीज है जिहड़ी सोसाइटी नूं कंट्रोल करनी पैंदी है, सरकारां कंट्रोल कर सकदी है सप्लाई नूं। हुण इत्थे तुसी याद रखो, पंजाब नूं बदनाम बड़ा किया गया, उड़दा पंजाब ते पता नहीं की जिस तरह पंजाब, राहुल गांधी ने कहता कि 70% साडा यूथ ड्रग्स ते है।
इस चीज नाल तुसी पंजाब का बहुत नुकसान किया। मैं नहीं कहता कि पंजाब में ड्रग नहीं है, पर जिन्ना पंजाब में ड्रग है उन्ना दिल्ली में है, उन्ना हरियाणा में है, उन्ना गोवा में है, उन्ना मुंबई में है, उन्ना बेंगलोर में है। चर्चा च पंजाब है, चर्चा पंजाब की है। वो भी एक होर याद रखो, पंजाब जड़ा है ड्रग कोरीडोर है। बिल्कुल, जे तुसी अपने बॉर्डर्स नू इन्ना पोरस रखोगे तो उहदा नुकसान है होएगा कि ड्रग अंदर आएगा। लेकिन अफसोस नाल कहना पैंदा है उहदे विच इन्ना पैसा है, BSF नू भी करप्ट करदे ने, उहदे बाद पंजाब पुलिस है, BSF नू ब्राइब करदे ने, रिश्वत दित्ती जांदी है, चलदी है, बिल्कुल चलदी है, ताहियों तो अंदर आंदा ड्रग। तुसी बहुत इंटरेस्टिंग चीज कह दित्ती कि BSF नू भी ब्राइब किया जाता। एक रैली श्रोमणी अकाली दल ने की तरन तारण के नेड़े उस समय जो ड्रग्स का मुद्दा बहुत जोर से है। हुण अकाली दल इस गल का विरोध कर रहा है कि BSF की जिहड़ी लिमिट है 15 किलोमीटर तो 50 किलोमीटर तक वध क्यों कर दी। सेंटर यही ड्रग्स के रूट का एक हवाला दे दिंदा, फिर इसनू मन्या की जाए यह हद नहीं वधाई जा जानी? जे ब्राइब उत्थे हो सकती है तो फिर अंदर भी हो सकती है, जे फेलियर उत्थे हो सकता तो फेलियर अंदर भी हो सकता, फिर इहदा इहनू समझिया किस तरह जाए अकाली दल का स्टैंड? अकाली दल का स्टैंड बड़ा क्लीयर है। असी बिलीव करने हैं कि हिंदुस्तान एक फैडरल कंट्री है, जिस वेले छोटे जे प्रांत नू तुसी 15 to 30 कर देंदे हो तो वो तो जलंधर तक पहुंच गए। कोई मतलब इहदा रिजल्ट है होया कि सेंट्रल फोर्सेस किसी दे उत्ते भी अटैक किसी जगह कर सकते ने, पंजाब पुलिस दा उहदे बाद या पंजाब दी सरकार दा रोल कट हो जांदा है। जे फड़ना होवे तो 5 चीज फड़ सकते हो, उधर ही तुहानू 30 दी लोड़ नहीं। जे विल होवे ते पहले 2 किलोमीटर ही फड़ सकदे हो, जेड़ा अपराधी बॉर्डर ते छुट गया वो अंदर भी छुट। पॉलिटिकल है, पॉलिटिकल प्लॉय हैगा। सेंटर ज्यादा पावर यूसर्प करना चाहता है, ज्यादा पावर अपने कोल रखना चाहता है। सिर्फ पंजाब ने पोज नहीं किया, हर ओपोजिशन स्टेट ने पोज किया है कि इस तरीके नाल सेंटर चाहता है कि भाई स्टेट्स वीक हो, स्टेट्स की एडमिनिस्ट्रेशन वीक हो, सेंटर के कोल ज्यादा कमांड आवे। असीं अपोज कर रहे हैं ते हमेशा अपोज करांगे। ड्रग्स का जिक्र चल ही रहा, तो जो बिक्रम सिंह मजीठिया से FIR हुई है, बिक्रम मजीठिया से पार्टी ने हुण वोटां लैणियां, तुहानूं लगदा कि ओवरऑल पार्टी की इमेज नूं डैमेज होया क्योंकि पार्टी इसे इशू तो बचना चाहती सी जिहड़ा सब तो वड्डा बन के अगे खड़ा हो गया? पार्टी की इमेज नूं डैमेज करन की कोशिश की गई, पुलिस नूं मिसयूज किया गया। 2 DGPs ने मना करता कि केस नहीं बनता, कैप्टन अमरिंदर सिंह ने आप कहा कि कोई केस नहीं बनता, 4.5 साल तो वह मुख्यमंत्री रहे ना, उन्होंने सारा स्टडी किया, उन्होंने कहा कोई केस नहीं बनता। 2 DGPs ने मना करता चन्नी सरकार नूं कि असी केस नहीं बना सकते, कोई एविडेंस नहीं है। उहदे बाद तुसी एक प्लायबल बंदे नूं बना देंदे हो DGP 20 दिनां लई, वह केस रजिस्टर कर देंदा है, बिल्कुल झूठा मुकदमा बना देंदा है, ते उहदे बाद सख्त तो सख्त तुसी धारा लगा के उन्हूं अरेस्ट वारंट तुसी दे देंदे हो। एंड रिजल्ट की होया? सुप्रीम कोर्ट की जजमेंट देखिए, सुप्रीम कोर्ट ने की किया, किस तरह उन्हें डांट लाई है सुप्रीम कोर्ट ने कि तुसी इलेक्शन लई एक स्टंट सारा रचाया होया। मैं दावे नाल कहना हो इलेक्शन होन दिओ, केस नूं आन दिओ, जे इन्ना भी एविडेंस निकल आया बिक्रम सिंह मजीठे के खिलाफ, जिस तरह सुखबीर बादल ने कहा मैं राजनीति छड़ दांगा, मैं भी छड़ दांगा। ये वड्डी स्टेटमेंट है। हाँ जी, ऑन रिकॉर्ड कह रहे हो? बिल्कुल, मैं ऑन रिकॉर्ड कह रहा। मैं एक होर दावा मैं दे रहा, तुसी देखना सरकार बदलेगी। कांग्रेस ते इन्होंने तो सेल्फ डिस्ट्रक्ट बटन दबाता है, सरकार विच नहीं आएंगे। लेकिन जिन्हां लोगों ने भी, वह भावें पुलिस अफसर ने, भावें कोई होर अफसर है, भावें कोई पॉलिटिशियन है, जिहड़े लोगों ने झूठे मुकदमे वह भावें बिक्रम सिंह मजीठा के उत्ते बनाए या होर अकाली लीडर के उत्ते बनाए या होर पार्टियां के लीडर के उत्ते बनाए, एक एक का हिसाब असीं लवांगे। तुसी BJP की जिन्नी आलोचना कर रहे हो, श्रोमणी अकाली दल के जिहड़े वड्डे चेहरे सीगे किसी समय, सुखदेव सिंह ढींसा या होर जिहड़े लीडर, मनजिंदर सिंह सिरसा वर्गे चेहरे, क्यों BJP वाल फिर भजे जा रहे हैं? क्यों BJP दे विच इन्ना इंट्रस्ट हैगा? इहदा कारण सिर्फ यही नहीं है, बाँह ही नहीं मरोड़ी जाती, आपदा भी इंट्रस्ट हैगा, BJP नूं रिस्पोंस मिल रहा पंजाब दे विच, इहदा कारण की लग रहा है तुहानूं? ओह ते 10 मार्च नूं पता लगेगा कि किहनूं किन्ना रिस्पोंस मिले है। अज तुहाडा गैस है कि रिस्पोंस मिल रहा है, किसी होर दा गैस होएगा कि नहीं मिल रहा। ओह लोग फैसला करनगे अपनी किस्मत दा ते पंजाब दे भविष्य दा, मैं उहदे बारे विच कमेंट नहीं करांगा। जिहड़े तुसीं कहा साडे लीडर गए ने, साडे लीडर गए ने कई,
ਜਿਹੜੇ ਸਾਡੇ ਹਰ ਪਾਰਟੀ ਵਿੱਚ ਇੰਟਰਨਲ ਡਿਫਿਕਲਟੀਜ਼ ਹੁੰਦੀਆਂ। ਕੁਝ ਲੋਕ ਉੱਥੇ ਗਏ, ਬੜੇ ਅਫਸੋਸ ਦੀ ਗੱਲ ਹੈ, ਮੈਂ ਢੀਂਡ ਸਾਹਿਬ ਦੀ ਬਹੁਤ ਇੱਜ਼ਤ ਕਰਨਾ, ਮੇਰੇ ਬਹੁਤ ਕਰੀਬੀ ਨੇ, ਬੜੇ ਕਰੀਬੀ ਮਿੱਤਰ ਨੇ, ਲੇਕਿਨ ਫਿਰ ਬਦਲ ਮੋਲ ਮਿੱਤਰ ਸਾਡੇ ਕੋਲ ਕਿਉਂ ਆ ਗਏ? ਸਭ ਤੋਂ ਵੱਡਾ ਸੀਨੀਅਰ ਲੀਡਰ ਬੀਜੇਪੀ ਦਾ ਉਹ ਸਾਡੇ ਕੋਲ ਆਏ ਨਾ। ਅੰਮ੍ਰਿਤਸਰ ਕੌਣ ਆਇਆ ਸਾਡੇ ਕੋਲ, ਤੁਸੀਂ ਦੱਸ ਦਿਓ। ਫਿਰ ਇਹਨੂੰ ਵੀ ਇਸੇ ਤਰ੍ਹਾਂ ਵਾਇਸਾ ਵਰਸਾ ਮੰਨ ਲਈਏ ਵੀ ਜਿਹਨਾਂ ਨੂੰ ਇਧਰੋਂ ਟਿਕਟ ਨਹੀਂ ਮਿਲੀ ਉਹ ਉਧਰ ਚਲੇ ਗਏ, ਜਿਹਨਾਂ ਨੂੰ ਉਧਰੋਂ ਨਹੀਂ ਮਿਲੇ ਇਧਰ ਆ ਗਏ। ਮੈਂ ਇਹ ਕਹਿ ਰਿਹਾ ਤੁਹਾਨੂੰ ਕਿ ਚੁਣਾਵ ਵੇਲੇ ਇਹ ਚੀਜ਼ਾਂ ਚੱਲਦੀਆਂ, ਇਹਨੂੰ ਜ਼ਿਆਦਾ ਤਵੱਜੋ ਨਾ ਦਿਓ। ਸੁਖਦੇਵ ਸਿੰਘ ਢੀਂਡਸਾ ਹੋਣਾ ਨੂੰ ਬੀਜੇਪੀ ਅੱਗੇ ਕਰ ਰਹੀ ਹੈ, ਬੀਜੇਪੀ ਪੁਸ਼ ਕਰ ਰਹੀ ਹੈ ਅਕਾਲੀ ਦਲ ਨੂੰ, ਸੁਖਦੇਵ ਸਿੰਘ ਢੀਂਡਸਾ ਵਾਲੇ ਨੂੰ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਵਾਲਾ ਉਹਦਾ ਵਿਕਲਪ ਖੜਾ ਕੀਤਾ ਜਾ ਰਿਹਾ ਬੀਜੇਪੀ ਵੱਲੋਂ? ਮੁੱਦਾ ਹੀ ਲਾਖ ਬੁਰਾ ਚਾਹੇ ਤੋ ਵੀ ਕਿਆ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ। ਕੋਸ਼ਿਸ਼ਾਂ ਪੂਰੀ ਇਹਨਾਂ ਦੀ ਹੈ, ਲੇਕਿਨ ਤੁਸੀਂ ਸੋਚੋ ਕਿ ਇਹਨਾਂ ਨੂੰ ਸਕਸੈਸ ਮਿਲੇਗੀ, ਉਹ ਮੈਂ ਨਹੀਂ ਮੰਨਦਾ। ਅੰਤ ਵਿੱਚ ਆ ਕੇ ਤੁਸੀਂ ਦੇਖੋਗੇ ਲੋਕ ਵੋਟ ਅਕਾਲੀ ਦਲ ਨੂੰ ਹੀ ਪਾਉਣਗੇ, ਕਿਉਂਕਿ ਲੋਕਾਂ ਨੂੰ ਪਤਾ ਹੈ ਪੰਜਾਬ ਦੀ ਪੁਰਾਣੀ ਪਾਰਟੀ ਹੈ, ਇੱਕੋ ਪਾਰਟੀ ਹੈ ਜਿਹਦੀ ਸਾਰੀ ਲੀਡਰਸ਼ਿਪ ਪੰਜਾਬ ਵਿੱਚ ਹੈ। ਪੰਜਾਬ ਦੇ ਭਵਿੱਖ ਦਾ ਫੈਸਲਾ ਪੰਜਾਬ ਵਿੱਚ ਬੈਠ ਕੇ ਹੋਏਗਾ, ਦਿੱਲੀਓ ਕੋਈ ਡੋਰ ਨਹੀਂ ਖਿੱਚ ਸਕਦਾ, ਉਹ ਭਾਵੇਂ ਆਪ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ। ਹੁਣ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦਾ ਕਾਂਗਰਸ ਦਾ ਅਗਲਾ ਕੌਣ ਮੁੱਖ ਮੰਤਰੀ ਹੋ ਸਕਦਾ ਹੈ, ਉਹ ਰਾਹੁਲ ਗਾਂਧੀ ਨੇ ਕੱਲ੍ਹ ਆ ਕੇ ਫੈਸਲਾ ਕਰਨਾ ਹੈ। ਜਗ੍ਹਾ ਜਗ੍ਹਾ ਮੈਂ ਪੋਸਟਰ ਦੇਖੇ ਨੇ ਆਪ ਦੇ, ਤਸਵੀਰ ਮੈਨੂੰ ਜ਼ਿਆਦਾ ਅਰਵਿੰਦ ਕੇਜਰੀਵਾਲ ਦੀ ਨਜ਼ਰ ਆਈ, ਨਾਲ ਛੋਟਾ ਜਿਹਾ ਭਗਵੰਤ ਮਾਨ ਵੀ ਨਜ਼ਰ ਆ ਗਿਆ। ਅਤੇ ਪੰਜਾਬ ਨੂੰ ਚਾਹੀਦੀ ਹੈ ਪੰਜਾਬੀ ਲੀਡਰਸ਼ਿਪ ਜੋ ਪੰਜਾਬੀਅਤ ਸਮਝੇ, ਜੋ ਪੰਜਾਬ ਦੇ ਪ੍ਰੋਬਲਮ ਸਮਝੇ, ਅਤੇ ਜਿਹਦੇ ਵਿੱਚ ਪੰਜਾਬ ਲਈ ਕੋਈ ਵਿਜ਼ਨ ਹੋਵੇ, ਉਹ ਕੇਵਲ ਅਤੇ ਕੇਵਲ ਅਕਾਲੀ ਦਲ ਹੈ। ਪਰ ਗੁਜਰਾਲ ਸਾਹਿਬ ਇਹ ਵੀ ਤਾਂ ਹੈਗਾ ਨਾ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜਦੋਂ ਫੋਟੋਆਂ ਲੱਗਦੀਆਂ ਸੀ ਉਹਦੇ ਨਾਲ ਮੋਦੀ ਸਾਹਿਬ ਦੀ ਵੀ ਫੋਟੋਆਂ ਲੱਗ ਜਾਂਦੀਆਂ ਸੀ, ਉਹ ਫੋਟੋ 'ਤੇ ਲਾਉਣਾ ਲੱਗ ਜਾਂਦੀ, ਵੱਡੇ ਲੀਡਰ ਦਾ ਚਿਹਰਾ ਲੱਗ ਜਾਂਦਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੇਸ ਹੈ, ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਹੈ, ਪਿੰਡਾਂ 'ਚੋਂ ਨਿਕਲੀ ਹੋਈ ਪਾਰਟੀ ਹੈ ਔਰ ਪੇਂਡੂ ਖੇਤਰ ਹੀ ਇਹਦਾ ਮੇਨ ਆਧਾਰ ਹੈਗਾ। ਕਿਸਾਨਾਂ ਦਾ ਨਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਗੱਠਜੋੜ ਤੋੜ ਦਿੱਤਾ ਬੀਜੇਪੀ ਦੇ ਨਾਲ, ਕਿਸਾਨ ਹੁਣ ਤੁਹਾਡੇ ਸਿਆਸੀ ਵਿਰੋਧੀ ਬਣ ਕੇ ਖੜੇ ਆ ਪਿੰਡਾਂ ਦੇ ਵਿੱਚ, ਤੁਹਾਨੂੰ ਲੱਗਦਾ ਅਕਾਲੀ ਦਲ ਨੂੰ ਖੋਰਾ ਲੱਗ ਜੂਗਾ? ਇਹ ਤੁਹਾਡੀ ਪਰਸੈਪਸ਼ਨ ਹੈ, ਇਹ ਰਿਐਲਿਟੀ ਨਹੀਂ। ਰਿਐਲਿਟੀ ਕੀ ਹੈ? ਰਿਐਲਿਟੀ ਹੈ ਕਿ ਜਿਸ ਤਰ੍ਹਾਂ ਦਾ ਸਪੋਰਟ ਸੁਖਬੀਰ ਬਾਦਲ ਨੂੰ ਇਸ ਵੇਲੇ ਪਿੰਡਾਂ ਵਿੱਚ ਮਿਲ ਰਿਹਾ ਹੈ, ਯੂਥ ਸਾਰੀ ਜਾਣਦੀ ਹੈ ਕਿ ਸੁਖਬੀਰ ਬਾਦਲ ਇਜ਼ ਦ ਫਿਊਚਰ ਆਫ ਪੰਜਾਬ। ਯੂਥ ਵੇਖ ਰਹੀ ਹੈ ਕਿ ਇਹਦੇ ਕੋਲ ਇੱਕ ਵਿਜ਼ਨ ਹੈ, ਇੱਕ ਐਕਸਪੀਰੀਅੰਸ ਹੈ, ਇੱਕ ਪੰਜਾਬ ਲਈ ਕਮਿਟਮੈਂਟ ਹੈ। ਇਸ ਲਈ ਸਾਰੀ ਯੂਥ, ਬਹੁਤ ਸਾਰੇ ਹੋਰ ਵੀ ਲੋਕ, ਲੇਕਿਨ ਯੂਥ ਇਸ ਵੇਲੇ ਡਿਸਾਈਡ ਕਰਦੀ ਹੈ ਕਿ ਫਿਊਚਰ ਕੀ ਹੋਏਗਾ। 60% ਜਿਹੜਾ ਵੋਟਰ ਹੈ ਉਹਦੀ ਉਮਰ 30 ਸਾਲ ਤੋਂ ਘੱਟ ਹੈ, ਉਹ ਯੂਥ ਸਾਡੇ ਨਾਲ ਜੁੜ ਰਿਹਾ। ਅਸੀਂ ਦੇਖ ਰਹੇ ਹਾਂ ਕਿਤਨੇ ਲੱਖਾਂ ਵਿੱਚ ਅਕਾਲੀ ਦਲ ਨੂੰ ਜੁਆਇਨ ਕੀਤਾ ਲੋਕਾਂ ਨੇ, ਕਿਸ ਤਰ੍ਹਾਂ ਸੁਖਬੀਰ ਨੂੰ ਜਿੱਥੇ ਜਾਂਦਾ ਹੈ ਕਿਸ ਤਰ੍ਹਾਂ ਦਾ ਰਿਸੈਪਸ਼ਨ ਮਿਲ ਰਿਹਾ, ਇੱਕ ਹਨੇਰੀ ਆ ਰਹੀ ਹੈ। ਅਤੇ 10 ਤਰੀਕ ਨੂੰ ਤੁਸੀਂ ਸਾਰੇ ਦੇ ਸਾਰੇ ਸਰਪ੍ਰਾਈਜ਼ ਹੋ ਜਾਓਗੇ ਇਸ ਵੇਲੇ ਰਿਜ਼ਲਟ ਅੱਗੇ ਆਉਣਗੇ। ਤੁਸੀਂ ਕਿਹਾ ਸੁਖਬੀਰ ਬਾਦਲ ਨੂੰ ਬੜਾ ਤਕੜਾ ਰਿਸਪੋਂਸ ਮਿਲ ਰਿਹਾ, ਹਨੇਰੀ ਆ ਰਹੀ ਹੈ, ਅਕਾਲੀ ਦਲ ਨੂੰ ਲੈ ਕੇ ਜਿੰਨੇ ਸਰਵੇਜ਼ ਆ ਰਹੇ ਨੇ ਅਕਾਲੀ ਦਲ 3rd number 'ਤੇ ਦਿਖਾਇਆ ਜਾ ਰਿਹਾ, ਕਿਉਂ ਹੈ ਫਿਰ? ਬੜੀ ਚੰਗੀ ਗੱਲ ਤੁਸੀਂ ਕਹੀ ਸਰਵੇ ਦੀ। ਸਰਵੇ ਕਿਸ ਤਰ੍ਹਾਂ ਹੁੰਦਾ? ਇਹ ਸਾਰਾ ਪੇਡ ਨਿਊਜ਼ ਦਾ ਐਕਸਟੈਂਸ਼ਨ ਹੈ, ਜਿਹਦੇ ਕੋਲ ਪੈਸਾ ਹੈ ਉਹ ਕਰਵਾਉਂਦਾ ਸਰਵੇ, ਮੁਫ਼ਤ ਹੁੰਦਾ, ਕੋਈ ਨਹੀਂ। ਅਕਾਲੀ ਦਲ ਕੋਲ ਪੈਸਾ ਨਹੀਂ? ਅਸੀਂ ਤਾਂ ਕਰਾਏ ਕੋਈ ਨਹੀਂ। ਮੈਂ ਇਹ ਪੁੱਛ ਰਿਹਾ ਅਕਾਲੀ ਦਲ ਕੋਲ ਪੈਸਾ? ਸੁਖਬੀਰ ਬਾਦਲ ਤੇ ਕਹਿੰਦੇ ਇਹਦੇ ਦੁਨੀਆ ਦੇ ਸਭ ਤੋਂ ਅਮੀਰ ਸਿੱਖਾਂ 'ਚ ਇੱਕ ਨੇ। ਪਰਸੈਪਸ਼ਨ ਹੈ ਨਾ ਜੀ, ਫਿਰ ਪਰਸੈਪਸ਼ਨ ਹੈ ਤੇ ਪਰਸੈਪਸ਼ਨ ਤੁਸੀਂ ਕੁਝ ਵੀ ਬਣਾ ਲਓ, ਰਿਐਲਿਟੀ ਹੈਗੀ ਹੈ। ਸਰਵੇ ਕਦ ਤੱਕ ਆਉਂਦੇ ਰਹੇ? ਜਦ ਤੱਕ ਦਿੱਲੀ ਸਰਕਾਰ ਸਰਕਾਰੀ ਐਡ ਦੇ ਸਕਦੇ ਸੀ, ਜਿਸ ਦਿਨ ਕੋਡ ਲੱਗਿਆ ਉਸ ਦਿਨ ਦੇ ਬਾਅਦ ਨਾ ਕੋਈ ਸਰਵੇ ਆਇਆ, ਅਤੇ ਜਿਹੜਾ ਇੱਕ ਸਰਵੇ ਆਇਆ ਵੀ ਉਹਨੇ ਉਹ ਨਹੀਂ ਕਿਹਾ ਜੋ ਪਹਿਲੇ ਸਰਵੇ ਦਿਖਾ ਰਹੇ ਸੀ। ਇਹ ਇਨਬਿਲਟ ਹੁੰਦਾ ਹੈ, ਅਸੀਂ ਤੁਹਾਨੂੰ ਇਤਨਾ ਐਡ ਦੇਵਾਂਗੇ, ਤੁਸੀਂ 2 ਸਰਵੇ ਸਾਡੀ ਫੇਵਰ ਵਿੱਚ ਕਰ ਦੇਣਾ, ਚੈਨਲਾਂ ਨਾਲ ਫਿਕਸ ਹੁੰਦਾ, ਅਸੀਂ ਤੁਹਾਨੂੰ ਇਤਨੇ ਐਡ ਦੇ ਰਹੇ ਹਾਂ। ਜਿਹੜਾ ਸਰਵੇ ਬਣਾਇਆ ਜਾਏਗਾ, ਜਿਹੜਾ ਝੂਠਾ ਸਰਵੇ, ਤੁਸੀਂ ਉਹਨੂੰ ਵਿਖਾਣਾ ਜ਼ਰੂਰ। ਤੁਹਾਡੀ ਜੀ ਚੈਨਲਾਂ ਘੱਟ ਨੇ ਜਿਹੜੀ ਨਹੀਂ ਸ਼ਿਕਾਰ ਹੋਈਆਂ ਇਹਨਾਂ ਚੀਜ਼ਾਂ ਦੇ, ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਨੈਸ਼ਨਲ ਚੈਨਲਸ ਵੀ ਅੱਜ ਵਿਕਾਊ ਹੋ ਗਈ ਹੈ। ਨੈਸ਼ਨਲ ਚੈਨਲਸ ਵਿੱਚ ਵੀ ਇਸ ਤਰ੍ਹਾਂ ਦੇ ਝੂਠੇ ਸਰਵੇ ਆਉਂਦੇ ਨੇ, ਲੇਕਿਨ ਹੁਣ ਜਿਹੜਾ ਸਰਵੇ ਆ ਰਿਹਾ
ਤੁਸੀਂ ਪਿਛਲਾ ਜੀ ਦਾ ਦੇਖ ਲਿਆ, ਇੱਕ ਹੋਰ ਮੇਰੇ ਖਿਆਲ ਏਬੀਪੀ ਦਾ ਸੀ, ਕਿਸੇ ਦਾ ਦੇਖਿਆ, ਹੁਣ ਸਿਚੁਏਸ਼ਨ ਕਿਉਂ ਡਿਫਰੈਂਟ ਹੋ ਗਈ ਉਹਦੇ ਵਿੱਚ? ਪਰ ਉਹਦੇ ਵਿੱਚ ਵੀ ਉਹਦੇ ਉਹਨਾਂ ਵਿੱਚ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਕਲੀਅਰ ਮੈਂਡੇਟ ਵੱਲ ਤੇ ਨਹੀਂ ਜਾ ਰਿਹਾ, ਸਾਰੇ ਪੰਜਾਬੀਆਂ ਨੂੰ ਵਾਰਨ ਕਰ ਰਿਹਾ ਸਰਵੇ ਨਾਲ, ਕਦੀ ਨਾ ਦੇ ਵੱਲ ਕਦੀ ਨਾ ਧਿਆਨ ਦੇਣਾ, ਇੱਕ ਇਹ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਅਕਾਲੀ ਦਲ ਖਤਮ ਹੋ ਗਿਆ, ਆਪ ਉੱਤੇ ਆ ਗਈ ਹੈ, ਕਾਂਗਰਸ ਉੱਤੇ ਆ ਗਏ, ਅਸੀਂ ਇੱਕ ਰੁਪਿਆ ਨਹੀਂ ਖਰਚਿਆ ਸਰਵੇ ਦੇ ਉੱਤੇ, ਨਾ ਹੀ ਖਰਚਾਂਗੇ, ਲੋਕ ਸਾਡੇ ਨਾਲ ਨੇ, ਸਾਨੂੰ ਪਤਾ ਹੈ ਸਾਨੂੰ ਪੂਰੀ ਤਰ੍ਹਾਂ ਦੀ ਮੈਜੋਰਿਟੀ ਮਿਲੇਗੀ, ਚੰਗੀ ਮੈਜੋਰਿਟੀ ਮਿਲੇਗੀ ਤੇ ਅਸੀਂ ਨਵੀਂ ਸਰਕਾਰ ਸਾਡੀ ਹੋਵੇ। ਗੁਜਰਾਲ ਸਾਹਿਬ, ਸਰਵੇਸ ਨੂੰ ਸੀਰੀਅਸਲੀ ਨਹੀਂ ਲੈ ਰਹੇ, ਸਰਵੇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹੋ ਜਾਂ ਕੌਨਫੀਡੈਂਸ ਹੈ ਤੀਸਰੀ ਚੀਜ਼ ਹੈ? ਦੋਨੋਂ ਚੀਜ਼ਾਂ ਨੇ। ਇੱਕ ਮੈਨੂੰ ਪਤਾ ਹੈ, ਮੈਂ ਦਿੱਲੀ ਰਹਿਣਾ, ਮੈਨੂੰ ਪਤਾ ਹੈ, ਮੈਂ ਅੱਜ ਤੋਂ 6-7 ਸਾਲ ਪਹਿਲੇ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਕੋਲ ਗਿਆ, ਮੈਂ ਕਿਹਾ ਜੀ ਤੁਸੀਂ ਇਹ ਸਰਵੇ ਬੰਦ ਕਰਾ ਦਿਓ, ਐਸ ਨਥਿੰਗ ਬਟ ਕਰਪਸ਼ਨ ਹੈ। ਉਸ ਵੇਲੇ ਉਹਨੇ ਮੇਰੀ ਗੱਲ ਨਹੀਂ ਸੁਣੀ, ਬਾਅਦ ਵਿੱਚ ਉਹਨੇ ਪਬਲਿਕਲੀ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਸਰਵੇ ਬੰਦ ਕਰਾ ਦੇਣੇ ਚਾਹੀਦੇ ਸੀ। ਦਿੱਲੀ ਸਾਹਿਬ ਨੂੰ ਪਤਾ ਕਿ ਸਰਵੇ ਕਿਸ ਤਰ੍ਹਾਂ ਹੁੰਦੇ ਨੇ, ਕਿਸ ਤਰ੍ਹਾਂ ਕਰਵਾਏ ਜਾਂਦੇ ਨੇ ਤੇ ਕਿਸ ਤਰ੍ਹਾਂ ਪਰਸੈਪਸ਼ਨ ਬਣਾਈ ਜਾਂਦੀ ਹੈ, ਇਸ ਲਈ ਮੈਂ ਇਹਨੂੰ ਨਜ਼ਰ ਅੰਦਾਜ਼ ਕਰਨਾ, ਕਿਉਂਕਿ ਇਹਦੇ ਵਿੱਚ ਕੋਈ ਵੇਟ ਨਹੀਂ ਹੈਗਾ। ਦੂਜਾ, ਮੈਨੂੰ ਕੌਨਫੀਡੈਂਸ ਹੈ ਕਿ ਮੇਰੀ ਪਾਰਟੀ ਨੂੰ ਜਿਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ, ਤੁਸੀਂ ਦੇਖੋਗੇ ਅਗਲੇ 15 ਦਿਨਾਂ ਦੇ ਅੰਦਰ ਅੰਦਰ ਇੱਕ ਹਨੇਰੀ ਬਣ ਜਾਏਗੀ, 100% ਅਕਾਲੀ ਦਲ ਮੈਜੋਰਿਟੀ ਲੈ ਕੇ ਆਏਗੀ ਤੇ ਸਰਕਾਰ ਬਣਾਏਗੀ। ਗੁਜਰਾਲ ਸਾਹਿਬ, ਅਸੀਂ ਆਡੀਅੰਸ ਦੇ ਵਿੱਚੋਂ ਇੱਕ ਸਵਾਲ ਲੈ ਲਈਏ, ਸਵਾਲ ਪੁੱਛਣਾ ਚਾਹੁੰਦੇ ਤੁਹਾਡੇ ਨਾਲ। ਗੁਜਰਾਲ ਜੀ ਨਮਸਕਾਰ। ਗੁਜਰਾਲ ਜੀ, ਪੰਜਾਬ ਦੀ ਰਾਜਨੀਤੀ ਦੇ ਵਿੱਚ ਅਚਾਨਕ ਇੱਕ ਤੀਸਰੀ ਧਿਰ ਜਿਹੜੀ ਕਾਫੀ ਉੱਭਰ ਕੇ ਆ ਰਹੀ ਹੈ, ਉਹ ਆਮ ਆਦਮੀ ਪਾਰਟੀ ਹੈ, ਜਿਹਦਾ ਵੋਟ ਬੈਂਕ ਲਗਾਤਾਰ ਵੱਧਦਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਇਹ ਵੋਟ ਬੈਂਕ ਕਿਉਂ ਵੱਧ ਰਿਹਾ ਪੰਜਾਬ ਦੇ ਵਿੱਚ, ਔਰ ਕਿਆ ਕਾਂਗਰਸ ਜਾਂ ਅਕਾਲੀ ਦਲ ਦੀਆਂ ਇੱਦਾਂ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਹੁਣ ਪਸੰਦ ਨਹੀਂ ਆ ਪਾ ਰਹੀਆਂ ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਵੱਧਦਾ ਜਾ ਰਿਹਾ ਦਿਨੋਂ ਦਿਨ? ਅੰਗਰੇਜ਼ੀ ਦੀ ਕਹਾਵਤ ਹੈ, ਹਿਸਟਰੀ ਰਿਪੀਟਿੰਗ ਇਟਸੈਲਫ, ਇਹ ਇਤਿਹਾਸ ਫਿਰ ਰਿਪੀਟ ਹੋ ਰਿਹਾ। ਯਾਦ ਹੈ 5 ਸਾਲ ਪਹਿਲੇ ਤੁਸੀਂ ਕੀ ਕਿਹਾ ਸੀ? ਆਪ ਦੀ 100 ਸੀਟਾਂ ਆ ਰਹੀਆਂ, ਸਰਵੇ ਕੀ ਦਿਖਾਉਂਦੇ ਸੀ? ਆਪ ਦੇ 90 ਸੀਟਾਂ ਆ ਰਹੀਆਂ। ਕੀ ਹੋਇਆ ਉਹਦੇ ਬਾਅਦ? ਕਿੰਨੀ ਸੀਟਾਂ ਆਈਆਂ? ਕਿਉਂ ਘੱਟ ਗਈਆਂ? 15 ਦਿਨਾਂ ਦੇ ਅੰਦਰ ਅੰਦਰ ਕੀ ਹੋਇਆ ਸੀ? ਇਹ ਫਿਰ ਉਹੀ ਚੀਜ਼ ਹੋਏਗੀ, ਇਹ ਹਿਸਟਰੀ ਰਿਪੀਟਿੰਗ ਇਟਸੈਲਫ। ਇੱਕ ਪਰਸੈਪਸ਼ਨ ਬਣਾਈ ਗਈ ਸੀ, ਪਰਸੈਪਸ਼ਨ ਦੇ ਪਿੱਛੇ ਬਹੁਤ ਪੈਸਾ ਵੀ ਸੀ, ਬਹੁਤ ਉਹਨਾਂ ਦਾ ਜਿਹੜਾ ਐਡ ਬਜਟ ਸੀਗਾ ਉਹ ਸੈਂਕੜਾਂ ਕਰੋੜਾਂ ਵਿੱਚ ਸੀਗਾ। ਹੌਲੀ ਹੌਲੀ ਤੁਸੀਂ ਦੇਖੋਗੇ ਉਹ ਗ੍ਰਾਫ ਥੱਲੇ ਆ ਰਿਹਾ ਹੈ, ਆਲਰੇਡੀ ਆ ਰਿਹਾ ਹੈ। ਪਰ ਸਰ 2017 ਦੇ ਵਿੱਚ ਉਹੀ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਕ੍ਰੋਸ ਕਰ ਗਈ ਸੀ, ਸਾਡੇ ਕੋਲੋਂ 4 ਸੀਟਾਂ ਜ਼ਿਆਦਾ ਲੈ ਗਈਆਂ। ਕਿਉਂ ਹੋਇਆ ਸੀ? ਮੈਂ ਦਾਅਵੇ ਨਾਲ ਕਹਿ ਸਕਦਾ ਉਸ ਵੇਲੇ ਬੀਜੇਪੀ ਨੇ ਵੋਟ ਟ੍ਰਾਂਸਫਰ ਕਰਵਾਈ, ਅਕਾਲੀ ਜਿਹੜੀ ਵੋਟ ਪੈਣੀ ਸੀ ਅਕਾਲੀ ਦਲ ਨੂੰ ਉਹ ਕਾਂਗਰਸ ਨੂੰ ਪਵਾਈ, ਬੀਜੇਪੀ ਪੈਨਿਕ ਕਰ ਗਿਆ, ਉਹ ਵੀ ਸ਼ਿਕਾਰ ਹੋ ਗਿਆ ਇਸ ਪਰਸੈਪਸ਼ਨ ਦਾ ਕਿ ਸ਼ਾਇਦ ਆਪ ਸਰਕਾਰ ਨਾ ਬਣਾ ਜਾਵੇ। ਸਾਡਾ 3-4% ਵੋਟ ਸ਼ੇਅਰ ਜਿਹੜਾ ਸੀਗਾ ਉਹ ਘਟਿਆ, 28 ਸੀਟਾਂ ਵਿੱਚ ਅਸੀਂ ਡੈਮੇਜ ਹੋਏ। ਜੇ ਉਹ ਨਾ ਕੀਤਾ ਹੁੰਦਾ ਤੇ ਅੱਜ ਅਕਾਲੀ ਦਲ ਉਸ ਪਿਛਲੇ ਚੋਣ ਵਿੱਚ ਵੀ 40 ਦੇ ਉੱਤੇ ਹੁੰਦਾ। ਇਹ ਤੇ ਫਿਰ ਬੜੀ ਖਤਰਨਾਕ ਗੱਲ ਹੈ, ਤੁਹਾਡੇ ਤੁਹਾਡੇ ਗੱਠਜੋੜ ਵਾਲਿਆਂ ਨੇ ਤੁਹਾਡੇ ਪੇਟ 'ਚ ਛੁਰਾ ਮਾਰਿਆ, ਔਰ ਤੁਹਾਨੂੰ ਤੁਸੀਂ ਤੁਹਾਨੂੰ ਪਤਾ ਲੇਕਿਨ ਸੱਚਾਈ ਐਸੀ ਅਕਾਲੀ ਦਲ ਨੇ ਸਫ਼ਰ ਕੀਤਾ ਪਿਛਲੀ ਵਾਰ, ਸਾਡਾ ਨੰਬਰ 40 ਦੇ ਉੱਤੇ ਹੋਣਾ ਸੀ ਜੇ ਵੋਟ ਟ੍ਰਾਂਸਫਰ ਨਾ ਹੋਈ। ਪਰ ਗੁਜਰਾਲ ਸਾਹਿਬ, ਫਿਰ ਉਸ ਸਮੇਂ ਤੁਸੀਂ ਗੱਠਜੋੜ ਨੂੰ ਕਿਉਂ ਨਹੀਂ ਤੋੜਿਆ ਜਦੋਂ ਤੁਹਾਨੂੰ ਹਰਾ ਹੀ ਦਿੱਤਾ ਪਾਰਟੀ ਨੇ? ਕਿਉਂਕਿ ਬੀਜੇਪੀ ਦੇ ਲੀਡਰ ਹੁਣ ਜਾ ਕੇ ਕਹਿੰਦੇ ਨੇ ਕਿ ਸਾਨੂੰ ਤੇ ਅਕਾਲੀ ਦਲ ਨੇ ਬਹੁਤ ਦਬਾ ਕੇ ਰੱਖਿਆ, ਸਾਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ ਸੀ, ਸਾਨੂੰ ਤੇ ਐਗਰੀਕਲਚਰ ਡਿਪਾਰਟਮੈਂਟ ਦਾ ਡਾਇਰੈਕਟਰ ਤੱਕ ਨਹੀਂ ਲਾਉਣ ਦਿੰਦੇ ਸੀਗੇ, ਵੀ ਤੁਸੀਂ ਪੇਂਡੂ ਦੇ ਨਾਲ ਟੱਚ ਹੋਣਾ ਹੀ ਨਹੀਂ ਕਿਸੇ ਤਰ੍ਹਾਂ ਦੇ ਨਾਲ। ਫਿਰ ਇਹ ਸੀ ਵੀ ਉਹ ਤੁਹਾਡੇ ਦਬਾਏ ਹੋਏ ਸੀਗੇ ਜਿਹੜੇ ਕਿਤੇ ਤੁਹਾਨੂੰ ਸਪਰਿੰਗ ਦੀ ਤਰ੍ਹਾਂ ਪੈ ਗਏ। ਗੱਲ ਤੁਸੀਂ ਵਧੀਆ ਕੀਤੀ ਹੈ, ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਹੁਣ ਤੇ ਪਿੰਡਾਂ ਵਿੱਚ ਵੜ ਗਏ ਨੇ ਨਾ, 10 ਤਰੀਕ ਨੂੰ ਦੇਖਾਂਗੇ ਕਿੰਨੀ ਸੀਟਾਂ ਆਉਂਦੀਆਂ ਪਿੰਡਾਂ ਤੋਂ। ਐਵੇਂ ਕਿਸੇ ਨੂੰ ਬਦਨਾਮ ਕਰੋ ਜਾਂ ਕਿਸੇ ਦੇ ਉੱਤੇ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾਓ, ਇੱਕ ਫੈਸਲਾ ਹੋਇਆ ਸੀ ਕਿ ਇਹ ਅਸੀਂ ਇਹ ਸੀਟਾਂ ਲੜਾਂਗੇ, ਤੁਸੀਂ ਉਹ ਸੀਟਾਂ ਲੜੋਗੇ। ਕਈ ਵਾਰ ਅਸੀਂ ਕਿਹਾ ਚੇਂਜ ਕਰ ਲਈਏ, ਲੇਕਿਨ ਰਜਿਸਟੈਂਸ ਉਹਨਾਂ ਕੋਲੋਂ ਆਉਂਦੀ ਸੀ, ਲੇਕਿਨ ਉਹਨਾਂ ਨੂੰ ਸ਼ੌਕ ਸੀ ਪਿੰਡਾਂ ਵਿੱਚ ਵੜਨ ਦਾ, ਹੁਣ ਚਲੇ ਗਏ ਨੇ, ਤੁਸੀਂ ਦੇਖ ਲਓਗੇ ਕਿ ਰਿਜ਼ਲਟ ਆਏਗਾ। ਕਿਉਂਕਿ ਇੱਕ ਪਰਸੈਪਸ਼ਨ
परसेप्शन भी मैं नहीं कहूंगा, एक रियलिटी सी, जिस वेले तीन काले कानून लियाए गए, देवर एंटी फार्मर, देवर एंटी पंजाब, पंजाब दी एग्रीकल्चर खत्म हो जानी सी जे वो तीन कानून बन जाते बने, जे वो उसके बाद जे वापस ना ले जाते। थोड़ी सानू राहत मिली है, लेकिन लोग नहीं भुलनगे। जेडे जेड़ा एक साल जिस तरह लोगों ने हिम्मत नाल इसका सामना किया, लोग नहीं भुल सकते। इस करके उन्होंने जे यह गलत फहमी हो कि उन्होंने सपोर्ट मिलेगी पिंडा विचों, मैं नहीं मानता। पिंडा नू लैके अकाली लीडर भी बड़े औखे इस बारी कहिंदे, अकाली लीडर का जेड़ा वोट बेस हैगा पिंडा च वो बॉर्डर बैल्ट तक है, दूर तक अखीर तक हैगा जेड़ा तुहाडा वोट बेस हैगा। उत्थे तुहाडी फिजिकल अपीयरेंस दे नाल ही अकाली दल नूं वोट मिला, अकाली दल रैलियां करे जाके उत्थे छोटे छोटिया मीटिंगा करे, उहदे नाल अकाली दल नूं वोट पैंदा सीगा। डिजिटल कंपेन ते आ के अकाली दल भी फस गए भी असीं दूर दराडे दे पिंडां तक किवें जाईए, तुहानूं लगदा कि मार तुहानूं भी पै गई इस वारी? नहीं, सानूं इक एडवांटेज मिलिया। सुखबीर बादल ने रैलियां शुरू करतीआं सी अज तों 3 महीने पहले, उन्होंने लगभग सारा पंजाब कवर कर लिया सी अपनी रैलियां नाल, वड्डी रैलियां नहीं कीतीआं, एक वड्डी रैली कीती। इहदे च ना गुजराल साहब इह आ कि पिंडां तक जे तुसीं अप्रोच करनी आ ते तुसीं डिजिटल कंपेन नाल नहीं कर सकदे, फिजिकल कंपेन ही कम करदी उत्थे, फिजिकल कंपेन हो नहीं पाई। और तुहाडी वर्गीआं पार्टीआं जिहड़ीआं 5-4 धिरां नाल लड़ रहीआं, पिंडा चो ही वोट पैनी है तुहानूं ज्यादातर? देखो, पहली गल ते हुण कैंपेन शुरू हो गई है फिजिकल, 2000 अलाउ हो गया, पर किधरे 2000 बंदा होंदा, किधरे 2.5 होंदा, किधरे 3 भी होंदा, हौली हौली रिलैक्स हो जाएगा अगले हफ्ते विच होर, वो साडा चल रहा है लगातार। दूजा, नवी पॉलिटिक्स हुण हो गई है, लोग वड्डी रैलियां विच नहीं जाना चाहते, वो चाहते ने कि लीडर आन साडे नाल गल करन। जिहड़ा सुखबीर ने पिछले 90 दिन का चलाया होया सी सारा पंजाब, एक बार नहीं लगभग 2 बार कवर कर चुके ने। दूजा, तुसी देखिया सी साडी मोगा रैली हुई, लखां बंदा उत्थे आया, होर ते किसी पार्टी दी इन्नी वड्डी रैली नहीं हुई। ओ देख उत्थे किन्ना जोश सी, उत्थे किन्ना एंथूजियाजम सी। साडा काडर इस वेले मोटिवेटेड है, मैनू पूरा यकीन है कि हर पिंड तो सानू वोट पेगी, शहरां विच भी पेगी। ए भी वेख लांगे कि बीजेपी कहिंदा सी कि अकाली दल दा शहरां विच कोई बेस नहीं, ऐतकी दुध दा दुध ते पानी दा पानी साफ हो जाएगा, किदा किदा बेस पिंडां विच है ते किदा बेस शहरां विच। असीं ऑडियंस चों इक सवाल लै लें, इस ते मैं इक सवाल करना तुहानूं। नमस्ते सर, सर मेरा क्वेश्चन ये है कि जो कांग्रेस के बीच में लड़ाई हो रही है, क्या अकाली दल को भी इसमें कोई लाभ है? ए फैक्ट है कि कांग्रेस ने सेल्फ डिस्ट्रक्ट बटन दबाया है। राहुल गांधी इत्थे कांग्रेस ने एक वक्त तक पा गया है, उन्होंने हूँ समझ नहीं आ रही कि किस तरह निकली है। राहुल गांधी ने तो इतना भी कह दिता है कि माफिया जो पंजाब हैं वो 30-35 हज़ार करोड़ साल का खिंच रहे ने, तो मैं हूँ माफियाज नू रोकांगा ताकि यह पैसा विकास विच लगे। मेरा तो सिर्फ एको सवाल है कांग्रेस नू भी ते राहुल गांधी नू भी कि जे 30-35 हज़ार करोड़ इन्हों पता है कि खिंचया जा रहा है, तो पिछले 5 साल का 1.5 लाख करोड़ का हिसाब तो दे दौ, कितने गया? वो दिल्ली गया है या पंजाब विच ही कांग्रेसी लीडर ने अपने कोल रखा होया है? एक रेड पई तो तुसी देखिया 11 करोड़ निकले है। मैं तो कहना होर रेडा होनी चाहिए, क्योंकि राहुल गांधी आप कह रहे हैं कि पिछले 5 साल कांग्रेस ने खूब लुटिया है। कांग्रेसी लीडर यह भी कहते हैं, कहते जिहड़ियां रेडा हो रही ना कांग्रेस के लीडर से हो रही है, कहते असीं शर्त ला के कह सकते हैं कि ये लीडर ये रेड जेडे ने किसी अकाली लीडर ते नहीं होने, किसी बीजेपी दे लीडर ते नहीं। महाराज तुसी मैनूं दसो, जे कांग्रेस दा प्रेसिडेंट आप कवे कि मेरी सरकार विच हर साल 30-35 हज़ार करोड़ माफियास खा रहे हैं, तो फिर रेड क्यों ना होन? वो पैसा तुहानूं ते नहीं मिलिया, मैनूं ते नहीं मिलिया, वो कांग्रेसियों नूं मिलिया है ना। हो सकता दिल्ली गया होवे बहुत सारा पैसा, यह हिसाब तो कांग्रेसियों ने देना है। यह हिसाब मैं तो नहीं लाया, राहुल गांधी ने आप लाया। गुजराल साहब, अकाली दल के बारे एक होर परसैप्शन है पोलीटिकली, बहुत बार एक गल हुंदी है कि अकाली दल जो सत्ता च आ जाता स्टैंड होर हो जाता, जो ओपोजिशन चले जाता वह स्टैंड होर हो जाता। बहुत पुरानिया डिमांड सीगियां, बादल साहब ने कदे कॉन्स्टिट्यूशन की कापी फाड़ी सी 25B की अमेंडमेंट को लैके, चंडीगढ़ पंजाब नू देन नू लैके, पंजाबी बोलते पंजाबी इलाके ने पंजाब नू देन लई, पंजाब के दरियाई पानिया की मांग सी। एक डिमांड कहिंदे अकाली दल उदों चुकदा जदों ओपोजिशन च आ जाता, जो सत्ता च आ जाते उदो चुप कर जाते, 10 साल बीजेपी के नाल रहे, ये डिमांड उस तरह के नाल चुकी ही नहीं गई। देखो और हुण
मोदी जी वेले भी कि चंडीगढ़ साडा दो प्रधानमंत्रियों ने संसद दे अंदर कमिटमेंट की थी, फ्लोर ऑफ द हाउस दे उत्ते कमिटमेंट की थी कि पंजाब नूं दिता जाएगा, तो क्यों नहीं तुसी देंदे? यह डिमांड अकाली दल की है, हमेशा रहेगी। तो अगे जाके कांग्रेस ही कहिंदे इह डिमांड ते गुरजीत औजला करके क्रेडिट लै गए, की गल इस तरह कदी हुंदा है? जे कांग्रेस ही कहिंदे ओह ऑन कर रहे ने 10 साल डॉक्टर मनमोहन सिंह ने क्यों नहीं दित्ती फिर सानू? राजीव गांधी ने सब तो पहले कमिटमेंट इंदिरा गांधी ने की, उसके बाद राजीव लौंगोवाल अकॉर्ड विच राजीव गांधी ने दोबारा की। जो एक परिवार दे दोनों मां पुत्र ने प्राइम मिनिस्टर्स ने कमिटमेंट की, तो फिर डॉक्टर मनमोहन सिंह 10 साल रहे, उन्होंने क्यों नहीं दिता सानू? पंजाबी सीगे, गुजरात साहब नूं 11 महीने मसा लब्बे सी, उन्होंने पंजाब लई की नहीं करता सी उस वेले? 10 साल है बैठे रहे, क्यों नहीं दिता सानू? साडी डिमांड है, अकाली दल इस गल दे उते फर्म है कि अकाली दल दा स्टैंड जिहड़ा भावें पार्लीमेंट विच होवे या पार्लीमेंट दे बाहर होवे, इह साडा हक है कि चंडीगढ़ पंजाब नूं मिलना चाहीदा। ते इक गल मैं होर दसांगा तुहानूं, तुसीं नज़र मार के वेख लो सारे हिंदुस्तान वाल जिहड़ी जिहड़ी कैपिटल हुंदी है, कैपिटल इन रेवेन्यू जनरेटर हुंदा है। ਸਾਡਾ ਸਾਰਾ ਸਰਪਲਸ ਜਿਹੜਾ ਹੈਗਾ ਚੰਡੀਗੜ੍ਹ ਦਾ ਉਹ ਸੈਂਟਰਲ ਖਜ਼ਾਨੇ ਵਿੱਚ ਚਲਾ ਜਾਂਦਾ ਹੈ, ਇਹ ਸਾਡਾ ਹੱਕ ਬਣਦਾ ਹੈ, ਤੇ ਮੈਂ ਕਹਾਂਗਾ ਹਰ ਪੰਜਾਬੀ ਨੂੰ ਲੜਨਾ ਚਾਹੀਦਾ ਇਸ ਗੱਲ ਲਈ। ਤੁਸੀਂ ਹੁਣੇ ਥੋੜੀ ਦੇਰ ਪਹਿਲੇ ਜ਼ਿਕਰ ਕੀਤਾ ਸੀਗਾ ਕਿ ਸ਼ਹਿਰਾਂ ਦਾ ਵੋਟ ਇਸ ਵਾਰੀ ਅਕਾਲੀ ਦਲ ਨੂੰ ਪਏਗਾ ਜਾਂ ਨਹੀਂ ਪਏਗਾ। BSP ਦੇ ਨਾਲ ਜਿਹੜਾ ਗੱਠਜੋੜ ਹੋਇਆ ਉਹਦੇ ਵਿੱਚ ਤੁਹਾਡੀ ਵੀ ਇੱਕ ਬੜੀ ਇੰਪੋਰਟੈਂਟ ਰੋਲ ਸੀਗਾ, ਤੁਹਾਡਾ ਵੀ ਉਹਦੇ ਵਿੱਚ ਰੋਲ ਸੀ। ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਤੇ BSP ਦਾ ਗੱਠਜੋੜ ਕਾਫੀ ਦੇਰ ਤੱਕ ਰੁਕਿਆ ਰਿਹਾ, ਕਿਤੋਂ ਕਿਉਂਕਿ ਉੱਪਰੋਂ BJP ਦਾ ਪ੍ਰੈਸ਼ਰ ਸੀਗਾ ਕਿ ਇਹ ਅਲਾਇੰਸ ਨਾ ਹੋ ਪਾਏ। ਥੋੜੀ ਇਹਦੀ ਵੀ ਦੱਸੋ ਕਿ ਇਹ ਅਲਾਇੰਸ ਤੁਰਿਆ ਕਿਸ ਤਰ੍ਹਾਂ, ਤੇ ਇਹ ਇਹਦੇ 'ਚ ਇਹ ਅੜੀ ਫਸੀ ਕਿੱਥੇ ਰਹੀ? ਗੱਲ ਇੰਨੀ ਦੇਰ ਦੇਖੋ, ਪਹਿਲੀ ਗੱਲ ਤੇ ਜਿਸ ਵੇਲੇ ਅਸੀਂ BJP ਤੋਂ ਅਲੱਗ ਹੋ ਗਏ, ਅਸੀਂ ਇੱਕ ਗੱਲ ਰਿਅਲਾਈਜ਼ ਕੀਤੀ ਹੈ, ਮੈਂ ਤੁਹਾਡੇ ਨਾਲ ਬੜੀ ਫਰੈਂਕਲੀ ਗੱਲ ਕਰ ਰਿਹਾ, ਬਿਲਕੁਲ, ਕਿ ਸਾਨੂੰ ਕੋਈ ਨਾ ਕੋਈ ਚੰਗਾ ਅਲਾਇੰਸ ਪਾਰਟਨਰ ਚਾਹੀਦਾ। ਹਿਸਟਰੀ ਵਿੱਚ ਇੱਕ ਗੱਲ ਇਤਿਹਾਸ ਵੱਲ ਦੇਖ ਲਓ, ਇੱਕ ਵਾਰ ਹੋਇਆ ਸੀ ਸ਼ਾਇਦ 96 ਵਿੱਚ, ਸਾਡਾ ਉਹਨਾਂ ਦੇ ਨਾਲ 11 ਲੋਕ ਸਭਾ ਸੀਟਾਂ ਦੇ ਉੱਤੇ ਅਸੀਂ ਅਲਾਇੰਸ ਕੀਤਾ ਸੀ, ਤੇ 11 ਵਿੱਚੋਂ 11 ਅਸੀਂ ਜਿੱਤੇ ਸੀ। ਸੋ ਇੱਕ ਇਤਿਹਾਸ ਵੀ ਸੀ, ਦੂਜਾ ਸਾਡੀ ਜਿਹੜੀ ਸੋਸ਼ਲ ਪੋਲਿਸੀਜ਼ ਨੇ ਬਾਦਲ ਸਾਹਿਬ ਦੀ ਜਿਤਨੀ ਵੀ ਸੋਸ਼ਲ ਪੋਲਿਸੀਜ਼ ਰਹੀ ਹੈ, ਤੇ BSP ਦੀ ਮਾਇਆਵਤੀ ਜੀ ਦੀ ਜਿਹੜੀ ਸੋਸ਼ਲ ਪੋਲਿਸੀਜ਼ ਰਹੀ ਹੈ, ਉਹਦੇ ਵਿੱਚ ਇੱਕ ਕਮਨੈਲਿਟੀ ਆਫ ਫੈਕਟਰ ਹੈ ਕਿ ਗਰੀਬਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਏ, ਕਿਸ ਤਰ੍ਹਾਂ ਦਲਿਤਾਂ ਨੂੰ ਹੋਰ ਉਠਾਇਆ ਜਾਏ, ਤੇ ਪੰਜਾਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ 32-33% ਦਲਿਤ ਪਾਪੂਲੇਸ਼ਨ ਹੈ, ਇਟ ਮੇਡ ਸੈਂਸ ਕਿ ਅਸੀਂ ਐਸੀ ਪਾਰਟੀ ਨਾਲ ਜਾਈਏ। ਕਾਂਸ਼ੀ ਰਾਮ ਜੀ ਇੱਥੋਂ ਹੀ ਉੱਠੇ, ਬਿਲਕੁਲ ਇੱਥੋਂ ਉੱਠ ਕੇ ਉਹਨਾਂ ਨੇ UP ਵਿੱਚ ਇਤਨੀ ਵੱਡੀ ਪਾਰਟੀ ਖੜੀ ਕਰਤੀ ਕਿ ਐਸੀ ਪਾਰਟੀ ਨਾਲ ਜਾਈਏ ਜਿਹਦੇ ਨਾਲ ਸਾਡਾ ਇਤਿਹਾਸ ਵੀ ਰਿਹਾ, ਤੇ ਜਿਹਦੇ ਸਾਨੂੰ ਪਤਾ ਜਿੱਥੇ ਕੋਈ ਧੋਖਾ ਸਾਡੇ ਨਾਲ ਨਹੀਂ ਹੋਏਗਾ। ਅਸੀਂ ਆਡੀਅੰਸ ਦੇ ਵਿੱਚੋਂ ਇੱਕ ਹੋਰ ਸਵਾਲ ਲੈ ਲਈ। ਪੰਜਾਬ ਕੇ ਕਰਜ਼ ਕੀ ਬਾਤ ਹੋਤੀ ਹੈ ਔਰ ਤਕਰੀਬਨ 3 ਲੱਖ ਕਰੋੜ ਰੁਪਏ ਕਾ ਕਰਜ਼ਾ ਹੈ, ਆਪਕੋ ਕਿਆ ਲਗਤਾ ਹੈ ਕਿ ਇਹ ਕਿਤਨੀ ਬੜੀ ਪ੍ਰੋਬਲਮ ਹੈ ਔਰ ਇਸਕਾ ਸਮਾਧਾਨ, ਜੈਸਾ ਆਪ ਕਹਿ ਰਹੇ ਕਿ ਹਮਾਰੀ ਸਰਕਾਰ ਆ ਜਾਏਗੀ ਤੋ ਉਮੀਦ ਕਰਤੇ ਆਏਗੀ ਤੋ ਫਿਰ ਇਸਕਾ ਸਮਾਧਾਨ ਕੈਸੇ ਆਪ ਨਿਕਾਲੇਂਗੇ, ਖਾਸ ਕਰ ਤਬ ਜਬਕਿ ਐਸਾ ਮਾਨਾ ਜਾ ਰਹਾ ਹੈ ਕਿ ਭਾਈ ਇਸਮੇ ਜਬ ਤੱਕ ਸੈਂਟਰ ਕੁਛ ਕਰੇਗਾ ਨਹੀਂ ਪੰਜਾਬ ਕਾ ਕਰਜ਼ਾ ਨਹੀਂ ਉਤਰ ਸਕਤਾ, ਤੋ ਰਿਸ਼ਤੇ ਤੋ ਆਪਕੇ ਵਿਗੜ ਚੁਕੇ ਹੈ ਉਨਕੇ ਸਾਥ। ਆਪਨੇ ਬਹੁਤ ਅੱਛਾ ਸਵਾਲ ਕੀਆ ਔਰ ਮੁਝੇ ਇੱਕ ਬਾਤ ਕੀ ਖੁਸ਼ੀ ਹੈ ਕਿ ਕਿਸੇ ਨੇ ਇਕਾਨਮੀ ਕੀ ਵੀ ਫਾਈਨਲੀ ਬਾਤ ਕੀ, ਕਿਉਂਕਿ ਹਮਾਰੀ ਯੂਥ ਕੀ ਜ਼ਿੰਦਗੀਆਂ ਇਕਾਨਮੀ ਕੇ ਸਾਥ ਜੁੜੀ ਹੋਈ ਹੈ। ਅਗਰ ਪੰਜਾਬ ਕੋ ਆਗੇ ਬੜਨਾ ਹੈ, ਹਮਕੋ ਪੰਜਾਬ ਕੋ ਰੈਪਿਡਲੀ ਇੰਡਸਟਰੀਲਾਈਜ਼ ਕਰਨਾ ਹੋਗਾ। ਇਸੀ ਵਿਚਾਰ ਕੇ ਸਾਥ ਜਬ ਹਮ ਪਿਛਲੀ ਵਾਰ ਸਰਕਾਰ ਮੇਂ ਥੇ, ਪਹਿਲੇ ਦਿਨ ਹਮਨੇ ਇਹ ਫੈਸਲਾ ਕੀਆ ਕਿ ਹਮ ਇੰਡਸਟਰੀਲਾਈਜ਼ ਕਰੇ, ਲੇਕਿਨ ਦੇਖੀਏ ਇੰਡਸਟਰੀ ਤਬ ਆਤੀ ਹੈ ਅਗਰ ਆਪਕੇ ਪਾਸ ਪਾਵਰ ਹੋ। ਅਭੀ ਇਹ ਕਾਮ ਸ਼ੁਰੂ ਹੀ ਹੁਆ ਥਾ ਤੋ ਹਮਾਰੀ ਸਰਕਾਰ ਬਾਹਰ ਚਲੇ ਗਈ ਔਰ ਅਫਸੋਸ ਕੇ ਬਾਤ ਕੇ ਸਾਥ ਕਹਿਣਾ ਪੜਤਾ ਹੈ, ਅਗਲੀ ਸਰਕਾਰ ਨੇ ਇਸਕੋ ਕੋਈ ਖਾਸ ਤਵੱਜੋ ਨਹੀਂ ਦੀ। ਤੋ ਹਮਾਰੀ ਸਰਕਾਰ ਕੀ ਪਹਿਲੀ ਤਵੱਜੋ ਇਹ ਹੋਗੀ ਕਿ ਹਮ ਕਿਸ ਤਰ੍ਹਾਂ ਸੇ ਬੜੀ ਇੰਡਸਟਰੀਜ਼ ਕੋ ਪੰਜਾਬ ਕੀ ਤਰਫ ਲੈ ਕੇ ਆਏ, ਇੱਕ ਇਕਨੋਮਿਕ ਐਕਟੀਵਿਟੀ ਬੜੇ। ਜਬ ਇਕਨੋਮਿਕ ਐਕਟੀਵਿਟੀ ਬੜੇਗੀ ਉਸਕੇ ਦੋ ਫਾਇਦੇ ਹੋਣਗੇ, ਪੰਜਾਬ ਕਾ ਰੈਵਨਿਊ ਵੀ ਬੜੇਗਾ। ਜਬ ਪੰਜਾਬ ਕਾ ਆਜ ਹਮਾਰਾ ਪ੍ਰੋਬਲਮ ਕਿਆ ਹੈ, ਆਜ ਹਮਾਰਾ ਰੈਵਨਿਊ ਕਮ ਹੈ
खर्चा ज्यादा है। मैं ईमानदारी से आपको ये कहना चाहता हूं, हमारी सरकार की पूरी कोशिश होगी कि हम कैसे इंडस्ट्री को इंसेंटिवाइज करें, इंडस्ट्रियलिस्ट को इंसेंटिवाइज करें कि लेबर इंटेंसिव इंडस्ट्री पंजाब में आए। गुजराल साहब, ये एक और बड़ी चीज इंपॉर्टेंट हैगी है, तुसी दिशा ठीक दिती इस गल नूं। इहदे लई जिहड़ा कॉन्फ्लिक्ट ऑफ इंटरस्ट है, तुहानूं लगदा वह भी हटना चाहिए, पॉलिटिशियंस नूं उस स्टेट दे विचों कारोबार करन तों गुरेज करना चाहिए जिस दे विचों वो राज कर रहे हैं, वह सत्ता हंडा रहे हैं। जे पॉलिटिशियंस रेत दीयां खड्डां लैणगे अपने नाम ते लैण जां दूसरे ट्रांसपोर्ट बनाणगे ते फिर इन्हां चीज़ां तों वी तुहानूं लगदा कि इह वी इस ते वी स्टैंड क्लीयर करना चाहिए। मैं तुहाडे कोलों इक सवाल पुछना चाहुंदा, चोण होंदी है मुफ्त होंदी नहीं, तुहानूं पता किन्ना खर्चा होंदा, ते जे मैं पंजाब विच जमिया पलिया, जे मेरे पुरखां दे वेले तों लैके मेरा एक इत्थे बिजनेस है, ते जे मैं जिस दिन मैं चोण विच आ जावां मैं सब कुछ बंद कर देवां, जे मैं सब कुछ बंद कर देवांगा तो उहदा नतीजा की होएगा, सैकड़ां लोग जिहड़े मेरे कोल काम करदे होणगे उहनां दी नौकरियां जाणगियां ते मेरी इनकम बंद हो जाएगी, ते फिर जे मेरी इनकम बंद हो जाएगी फिर मैं की करांगा, जे मैं कल चोण भी लड़नी है घर का खर्चा भी चलाना है तो फिर मैं माफिया स्कूल ही जावांगा ना। जे मैं सही तरीके नाल बिना किसी हेरा फेरी दे बिना किसी दी फेवर ले नॉर्मल बिजनेस चला सकना तो क्यों ना चलावा। लीडर तो फिर हेरा फेरी दे अपनी पावर नू मिसयूज करन दे इल्जाम नहीं लगने चाहिए, ये चीजें कॉन्फ्लिक्ट ऑफ इंटरेस्ट नू उस तरीके दे नाल रोकिया जा सकता। बिल्कुल ठीक है, तुसी होना भी इस तरह चाहिए। ते हर मैं ते कहांगा कोई भी बंदा जिहड़ा राजनीति विच आंदा है वो किसी पार्टी विच भी होवे उहनू इस गल नू विच तवज्जो देनी चाहिए, इस गल तो दूर रहना चाहिए। तुसी पंजाब दे मौजूदा स्थिति नू लैके देख ही रह गए हो, जे अकाली दल जीता सुखबीर बादल ते 80 सीटां दा दावा कर रहे ने, अगर तुहानू तुहाडी असैसमेंट की कहिंदी है अकाली दल नू किन्नियां सीटां आ सकदियां? मेरी असैसमेंट है कि अकाली दल दी जिहड़ी फाइनल टैली होएगी वह तुहानू सब नू सरप्राइज कर देगी। ਉਹ ਤੁਸੀਂ ਜਾਨੂੰ ਜੋ ਮਰਜ਼ੀ ਅੱਜ ਦਿੰਦੇ ਰਹੋ, ਮੈਨੂੰ ਪਤਾ ਤੁਸੀਂ ਲੋਕ ਤੁਹਾਡੇ ਮਨਾਂ ਵਿੱਚ ਕੀ ਚੱਲ ਰਹੀ ਹੈ ਗੱਲ, ਅਸੀਂ ਤੁਹਾਨੂੰ ਸਭ ਨੂੰ ਸ਼ੌਕ ਦੇਣ ਜਾ ਰਹੇ ਹਾਂ। ਇੱਕ ਸਵਾਲ ਲੈ ਲੈਂਦੇ ਅਸੀਂ ਆਡੀਅੰਸ 'ਚ। ਸਰ ਮੇਰਾ ਸਵਾਲ ਇੱਕ ਛੋਟਾ ਜਿਹਾ ਹੀ ਹੈ ਇੰਡਸਟਰੀ ਵਾਸਤੇ, ਕਿ ਸਾਡੇ ਪੰਜਾਬ ਵਿੱਚ ਇੰਡਸਟਰੀ ਜਿਹੜੀ ਹੈ ਬਿਲਕੁਲ ਖਤਮ ਹੋਣ ਦੇ ਕਗਾਰ 'ਚ ਹੈ, ਕੋਈ ਵੀ ਇੰਡਸਟਰੀ ਸਰਵਾਈਵ ਨਹੀਂ ਕਰ ਰਹੀ, ਅਤੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਕਿਆ ਕੋਈ ਇਹੋ ਜਿਹੀ ਪਲੈਨਿੰਗ ਹੈ ਜਿਹਦੇ 'ਚ ਇੰਡਸਟਰੀ ਸਰਵਾਈਵ ਕਰ ਸਕੇ? ਅਤੇ ਫੈਕਟ ਹੈ ਕਿ ਪੰਜਾਬ ਦੀ ਜਿਹੜੀ ਮਾਈਕਰੋ ਐਂਡ ਸਮਾਲ ਇੰਡਸਟਰੀ ਹੈ ਜਿਹੜੀ ਜੋਬਸ ਵੀ ਜਨਰੇਟ ਕਰਦੀ ਸੀ, ਅੱਜ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ। ਉਹਦੇ ਲਈ ਜਿਹੜੀ ਵੀ ਸਰਕਾਰ ਆਉਂਦੀ ਹੈ ਮੈਂ ਕਹਾਂਗਾ ਉਹਨਾਂ ਦੇ ਰਿਪ੍ਰੈਜੈਂਟੇਟਿਵਸ ਨੂੰ ਨਾਲ ਬਿਠਾਓ, ਉਹਨਾਂ ਦੀ ਜਾਇਜ਼ ਮੰਗਾਂ ਨੂੰ ਐਕਸੈਪਟ ਕਰੋ, ਜਿਤਨੀ ਵੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਕਰੋ, ਕਿਉਂਕਿ ਇੰਪਲੋਇਮੈਂਟ ਜਨਰੇਸ਼ਨ ਉੱਥੋਂ ਹੋਏਗੀ। ਇੰਪਲੋਇਮੈਂਟ ਜਨਰੇਸ਼ਨ ਲਈ ਸੈਮਸੰਗ, ਹੁੰਡਾਈ, ਮਾਰੂਤੀ ਇਹਨਾਂ ਦੀ ਜਿਹੜੀ ਵੱਡੀ ਫੈਕਟਰੀਆਂ ਆਉਂਦੀਆਂ ਇਹ ਜ਼ਰੂਰ ਤੁਹਾਨੂੰ ਰੈਵਨਿਊ ਜਨਰੇਟ ਕਰ ਦਿੰਦੀਆਂ। ਇੰਪਲੋਇਮੈਂਟ ਜਨਰੇਸ਼ਨ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਕਰਦਾ ਹੈ, ਇਸ ਕਰਕੇ ਬਿਲਕੁਲ ਜ਼ਰੂਰੀ ਹੈ ਕਿ ਅਸੀਂ ਜਿਤਨੀ ਵੀ ਮੰਗਾਂ ਹੋਣ ਮਾਈਕਰੋ ਸੈਕਟਰ ਦੀ, ਸਮਾਲ ਸੈਕਟਰ ਦੀ, ਮੀਡੀਅਮ ਸੈਕਟਰ ਦੀ, ਉਹਨੂੰ ਅਸੀਂ ਪੂਰੀ ਤਰ੍ਹਾਂ ਸੈਟਿਸਫਾਈ ਕਰ ਸਕੀਏ। ਇੱਕ ਹੋਰ ਸਵਾਲ ਹੈਗਾ ਆਡੀਅੰਸ 'ਚੋਂ। ਨਮਸਕਾਰ ਗੁਜਰਾਲ ਸਾਹਿਬ, ਇੱਕ ਪਾਰਟੀ ਕਹਿੰਦੀ ਹੈ ਕਿ ਅਸੀਂ 200 ਯੂਨਿਟ ਬਿਜਲੀ ਫਰੀ ਦੇਵਾਂਗੇ, ਦੂਸਰੀ ਪਾਰਟੀ ਕਹਿੰਦੀ ਹੈ ਅਸੀਂ 300 ਯੂਨਿਟ ਫਰੀ ਦੇ ਦਾਂਗੇ, ਇੱਕ ਕਹਿ ਰਿਹਾ ਅਸੀਂ ਲੇਡੀਜ਼ ਨੂੰ 1000 ਰੁਪਇਆ ਮਹੀਨਾ ਦੇਵਾਂਗੇ, ਇੱਕ ਕਹਿ ਰਿਹਾ ਅਸੀਂ 2000 ਰੁਪਇਆ ਮਹੀਨਾ ਫਰੀ ਦੇਵਾਂਗੇ, ਦੂਸਰੇ ਪਾਸੇ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਰੈਵਨਿਊ ਵਰਦਾਨਾ, ਅਸੀਂ ਜੇ ਇਸ ਤਰ੍ਹਾਂ ਸਭ ਕੁਝ ਫਰੀ ਵੰਡ ਜਾਵਾਂਗੇ ਰੈਵਨਿਊ ਫਿਰ ਕਿੱਥੋਂ ਆਏਗਾ ਤੁਹਾਡੇ ਕੋਲੋਂ? ਤੁਸੀਂ ਜਿਹੜਾ ਆਮ ਬੰਦਾ ਜਿਹੜਾ ਟੈਕਸ ਦੇ ਰਿਹਾ ਉਹ ਆਪਣੇ ਆਪ ਨੂੰ ਤਾਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿ ਟੈਕਸ ਮੈਂ ਦੇ ਰਿਹਾ ਫਰੀ ਉਹ ਲੈ ਰਿਹਾ ਵੈ। ਦੂਸਰਾ ਕੁਸਚਨ ਮੇਰਾ ਨਾਲ ਹੀ ਆ, ਇੰਡਸਟਰੀ ਮੈਨੂੰ ਯਾਦ ਆ ਜਦੋਂ ਅਕਾਲੀ ਦਲ BJP ਦੀ ਸਰਕਾਰ ਸੀ ਟਾਟਾ ਨੇ ਇੱਕ ਪਲਾਂਟ ਲਗਾਉਣਾ ਸੀ ਨੈਨੋ ਦਾ, ਅਤੇ ਪੱਛਮ ਬੰਗਾਲ ਦੇ ਵਿੱਚ ਉਹਦਾ ਵਿਰੋਧ ਹੋਇਆ ਕਿ ਅਸੀਂ ਇੱਥੇ ਲੱਗਣ ਨਹੀਂ ਦੇਣਾ। ਉਹ ਟਾਟਾ ਨੈਨੋ ਦਾ ਪਲਾਂਟ ਉਹ ਪੰਜਾਬ 'ਚ ਕਿਉਂ ਨਹੀਂ ਲੱਗਿਆ, ਉਹ ਗੁਜਰਾਤ ਕਿਉਂ ਚਲਾ ਗਿਆ? ਇਹ ਮੇਰੇ ਦੋ ਕੁਝ ਛੋਟੇ ਜਿਹੇ ਸਵਾਲ ਹੈ। ਮੈਂ ਪਹਿਲੇ ਤੁਹਾਡਾ ਦੂਜਾ ਸਵਾਲ ਜਿਹੜਾ ਤੁਸੀਂ ਕਿਹਾ ਨੈਨੋ ਨੂੰ ਕਿਉਂ ਨਹੀਂ ਲੈ ਕੇ ਆਏ, ਸ਼ੁਕਰ ਹੈ ਨਹੀਂ ਲੈ ਕੇ ਆਏ, ਕਿਉਂਕਿ ਤੁਸੀਂ ਦੇਖ ਲਿਆ ਨੈਨੋ ਦੀ ਕੀ ਹਾਲਤ ਬਣੀ। ਤੁਸੀਂ ਕਿਹਾ ਅਸੀਂ ਲੈ ਕੇ ਆਉਂਦੇ, ਉਹਨਾਂ ਦੀ ਡਿਮਾਂਡ ਸੀ 2-3 ਹਜ਼ਾਰ ਏਕੜ ਸਾਨੂੰ ਦੇ ਦਿਓ, ਉਹਦੇ ਬਾਅਦ ਪਲਾਂਟ 'ਤੇ ਬੰਦ ਹੋ ਗਿਆ, ਲੇਕਿਨ ਕੋਸ਼ਿਸ਼ ਹੀ ਪੂਰੀ ਕੀਤੀ। ਮੈਂ ਆਪ ਬੰਬੇ ਗਿਆ ਉਸ ਵੇਲੇ, ਟਾਟਾ ਦੇ ਰਿਪ੍ਰੈਜੈਂਟੇਟਿਵਸ ਨੂੰ ਮੈਂ ਮਿਲਿਆ, ਮੈਨੂੰ ਬਾਦਲ ਸਾਹਿਬ ਨੇ ਭੇਜਿਆ, ਲੇਕਿਨ ਉਹਨਾਂ ਨੂੰ
सूट नहीं करता सी, वो चाहते सी कि प्लांट ऐसी जगह लगे जिहड़ा सी दे कोल हो जगह। पहले वो वेस्ट बंगाल गए, बाद विच गुजरात विच गए। पंजाब लैंडलॉक्ड है, एक सानू प्रॉब्लम है इस गल दी, जिहड़ी बहुत वड्डी इंडस्ट्री है जिन्हां नूं सी पोर्ट चाहिए ने, वह हेजिटेट करते हैं क्योंकि बहुत खर्चा बढ़ जाता है पंजाब तो ट्रांसपोर्टेशन का। लेकिन हाँ, मेरी पूरी कोशिश रहेगी, पिछली बार भी असी ऑलमोस्ट उस फेज से आ गए सी। सुखबीर बादल नू मैं कई ऐसे वड्डे गारमेंट एक्सपोर्टर्स नाल दिल्ली असी मुलाकात करवाई, शायद तुहानू नहीं पता, असी एक पंजाब इंडस्ट्रीज ग्रुप बनाया, साड़ी 3-4 मीटिंगां हुई, जिहड़े जितने भी पंजाबी वड्डे वड्डे इंडस्ट्रियलिस्ट हिंदुस्तान के सारे उहदे मैंबर सीगे। वो अच्छी स्पीड से काम चल रहा है, बदकिस्मती नाल उस वेले असी इलैक्शन हार गए। उस गल नू असी फिर रिवाइव करांगे, लेबर इंटेंसिव इंडस्ट्री नू असी इत्थे जरूर लैके आवांगे। हुण मैं तुहाडा जिहड़ा मेन क्वेश्चन सीगा, मैं उहदा जवाब देवांगा कि जिहड़ी डोल्स या मुफ्तखोरी की जिहड़ी तुसी गल कीती, बड़ा जायज़ तुहाडा सवाल है। एक अनफॉर्चुनेटली कंपेटिटिव पॉलिटिक्स हो गया, असी वेख्या है कि किस तरह पोलीटिकल पार्टीज लोगों नू झूठ मार के घर घर नौकरी फ्री जमीन दे देवांगे, किसी ने वायदा पूरा नहीं किया, लोगों का विश्वास हुण सब तो उठ गया। भावें आप पार्टी होवे भावें कांग्रेस पार्टी होवे, थोड़ा बहुत विश्वास है तो साडा है, क्योंकि साडी क्रेडिबिलिटी हाली है कि इन्हां बादल साहब जो कुछ कहिंदे आए अज तक उन्होंने करता। लेकिन तुसीं गल बिल्कुल ठीक कही है, हर चीज़ मुफ्तखोरी नाल नहीं हो सकती, सोच समझ के तुहानूं देना पएगा। जिहड़ा बहुत गरीब तबका है जिहदी जिहड़ा बेचारा रोटी भी नहीं खा सक रहा, उहदी हैंड होल्डिंग सोसाइटी लई जरूरी है। पंजाब विच बहुत गरीबी है, तुसीं मेरे नाल चलो पिंडां विच तुसीं जाके देखोगे अज भी की सिचुएशन है, खासकर जो कोविड दे बाद होया है। लेकिन तुसीं मदद ताइयों कर सकते हो जे स्टेट कोल रुपया होवे। जे मैं अमीर हाँ तो मैं अपने गरीब रिश्तेदारों की मदद कर सकना, जे मेरे को पैसा नहीं मैं उधार लैके किसी की मदद नहीं कर सकता। इस गल नू हर पार्टी नू ध्यान नाल सोचना होएगा। इलेक्शन के बाद मैं आशा रखना कि जो भी दिता जाएगा सबसिडी कहो या फ्री चीज़ा दवो, उन्हों सोच समझ के कलैबरेट करके फिर तुहानू देना पएगा। यह नहीं कि भाई तुसी पैसा सारा लुटा दो। गुजराल साहब एक और सवाल है, आखिरी सवाल ऑडियंस चो। ਤੁਸੀਂ ਕਿਹਾ ਕਿ ਨਵੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ, ਤੁਸੀਂ ਤੁਹਾਡੇ ਫਾਦਰ ਸਾਹਿਬ ਪੀ ਐਮ ਰਹੇ, ਤੁਸੀਂ ਐਮ ਪੀ ਹੋ, ਦੇਸ਼ ਦੀ ਸਿਆਸਤ ਨੂੰ ਵੀ ਬਖੂਬੀ ਜਾਣਦੇ ਹੋ, ਦੇਸ਼ ਦੇ ਸਿਸਟਮ ਤੋਂ ਵੀ ਵਾਕਿਫ ਹੋ, ਤਾਂ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਹੁਣ 2022 ਦੇ ਵਿੱਚ, ਪਹਿਲੇ 2-3 ਕੰਮ ਅਜਿਹੇ ਕੀ ਤੁਸੀਂ ਐਡਵਾਈਜ਼ ਕਰੋਗੇ ਆਪਣੀ ਗਵਰਨਮੈਂਟ ਨੂੰ ਕਿ ਪੰਜਾਬ ਦਾ ਸੋਨੇ ਦੀ ਜਿਹੜੀ ਵਾਲਾ ਅਕਸ ਮੁੜ ਦੇਸ਼ ਦੀ ਸਿਆਸਤ ਦੇ ਸਿਸਟਮ 'ਚ ਉਭਰ ਕੇ ਆਵੇ? ਬਿਲਕੁਲ ਠੀਕ ਤੁਸੀਂ ਕਿਹਾ, ਮੇਰੀ ਪਹਿਲੀ ਐਡਵਾਈਸ ਜਿਹੜੀ ਹੋਏਗੀ, ਇਰਰਿਸਪੈਕਟਿਵ ਕਿ ਕੌਣ ਇਫੈਕਟ ਹੁੰਦਾ ਹੈ ਕਿ ਨਹੀਂ ਹੁੰਦਾ, ਮਾਫੀਆਜ਼ ਨੂੰ ਖਤਮ ਕਰ ਦਿਓ। ਡਰੱਗ ਮਾਫੀਆ ਨੂੰ ਅਸੀਂ ਨਹੀਂ ਓਵਰਨਾਈਟ ਖਤਮ ਕਰ ਸਕਦੇ, ਜਿਸ ਤਰ੍ਹਾਂ ਮੈਂ ਕਿਹਾ ਉਹ ਪੁਲਿਸ ਨੂੰ ਤੁਸੀਂ ਟਾਈਟਨ ਕਰਨਾ ਪਏਗਾ। ਲੇਕਿਨ ਜੇ ਕੋਈ ਵੀ ਉਹਦੇ ਵਿੱਚ ਪੋਲੀਟੀਸ਼ੀਅਨ ਇਨਵੋਲਵਡ ਹੈ, ਸਖ਼ਤ ਤੋਂ ਸਖ਼ਤ, ਭਾਵੇਂ ਉਹ ਤੁਹਾਡੀ ਪਾਰਟੀ ਦਾ ਹੈ, ਭਾਵੇਂ ਉਹ ਕਾਂਗਰਸੀ ਹੈ, ਭਾਵੇਂ ਉਹ ਆਪ ਦਾ, ਕਿਸੇ ਪਾਰਟੀ ਦਾ ਵੀ ਹੋ, ਸਖ਼ਤ ਤੋਂ ਸਖ਼ਤ ਸਜ਼ਾ ਦਿਓ, ਫਾਸਟ ਟਰੈਕ ਕੋਰਟਸ ਕ੍ਰੀਏਟ ਕਰ ਦਿਓ, ਤਾਂ ਕਿ ਡਰ ਆ ਜਾਵੇ ਲੋਕਾਂ ਵਿੱਚ। ਉਹ ਸਾਨੂੰ ਡਰ ਪਾਉਣਾ ਪਏਗਾ, ਕਿਉਂਕਿ ਜੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣਾ ਹੈ ਸਾਨੂੰ ਡਰੱਗਸ ਤੋਂ ਪੰਜਾਬ ਨੂੰ ਮੁਕਤ ਕਰਨਾ ਹੋਏਗਾ, ਜਿੰਨਾ ਵੀ ਹੋ ਸਕਦਾ, 100% ਕਦੀ ਨਹੀਂ ਹੋ ਸਕਦਾ, ਜਿੰਨਾ ਵੀ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ। ਦੂਜੀ ਗੱਲ ਜਿਹੜੀ ਮੈਂ ਪਹਿਲੇ ਵੀ ਕਹੀ ਸੀ, ਸਭ ਤੋਂ ਸਾਨੂੰ ਦੇਖਣਾ ਪਏਗਾ ਆਪਣੀ ਬੈਲੈਂਸ ਸ਼ੀਟ ਵੱਲ, ਸਾਡੇ ਕਿਹੜੇ ਨਾਜਾਇਜ਼ ਖਰਚੇ ਨੇ ਉਹਨੂੰ ਕਿਸ ਤਰ੍ਹਾਂ ਕੱਟੀਏ, ਕਿਸ ਤਰ੍ਹਾਂ ਅਸੀਂ ਆਪਣੀ ਇਨਕਮ ਨੂੰ ਹੋਰ ਜਨਰੇਟ ਕਰੀਏ, ਐਂਡ ਉਹਦੇ ਨਾਲ ਅਸੀਂ ਕਿਸ ਤਰ੍ਹਾਂ ਇੰਪਲੋਇਮੈਂਟ ਜਨਰੇਸ਼ਨ ਨੂੰ ਲਿੰਕ ਕਰੀਏ। ਜਿਹੜਾ ਯੂਥ ਅੱਜ ਫਰਸਟ੍ਰੇਟ ਹੋ ਰਿਹਾ, ਅਸੀਂ ਕਿਸ ਤਰ੍ਹਾਂ ਯੂਥ ਲਈ ਨਵੀਂ ਜੋਬਸ ਲੈ ਕੇ ਆਈਏ। ਤੁਸੀਂ ਡਰੱਗਸ ਦੀ ਗੱਲ ਕੀਤੀ, ਮੈਂ ਇੱਕ ਹੋਰ, ਮੈਨੂੰ ਹੁਣ ਯਾਦ ਆ ਗਿਆ, ਉਸ ਵੇਲੇ ਅਸੀਂ ਇੱਕ ਇਨੋਵੇਟਿਵ ਤਰੀਕਾ ਢੂੰਡਿਆ ਸੀ। ਸਾਰੀ ਦੁਨੀਆ ਵਿੱਚ ਇੱਕ ਗੱਲ ਦੇਖੀ ਗਈ ਹੈ, ਯੂਥ ਨੂੰ ਡਰੱਗਸ ਤੋਂ ਦੂਰ ਰੱਖਣ ਲਈ ਤੁਸੀਂ ਸਪੋਰਟਸ ਮੂਵਮੈਂਟਸ ਸ਼ੁਰੂ ਕਰਦੇ ਹੋ। ਤੁਹਾਨੂੰ ਯਾਦ ਹੋਣਾ ਹੈ ਉਸ ਵੇਲੇ ਅਸੀਂ ਕਬੱਡੀ ਸ਼ੁਰੂ ਕੀਤੀ ਸੀ, ਕਿਤਨੀ ਪਾਪੂਲਰ ਹੋ ਗਈ ਸੀ, ਹਰ ਪਿੰਡ ਵਿੱਚ ਲੋਕ ਯੰਗ ਮੁੰਡੇ ਕਬੱਡੀ ਵੱਲ ਆ ਗਏ ਸੀ, ਅਸੀਂ ਸਪੋਰਟਸ ਕਿੱਟਾਂ ਵੱਡੀਆਂ ਸੀ, ਅਸੀਂ ਸਟੇਡੀਅਮਸ ਬਣਾਏ ਸੀ। ਇੱਕ ਵਾਰ ਫਿਰ ਸਾਨੂੰ ਉਸ ਪਾਸੇ ਜਾਣਾ ਹੋਏਗਾ, ਜੇ ਅਸੀਂ ਯੂਥ ਨੂੰ ਦੀ ਯੂਥ ਐਨਰਜੀ ਹੈ ਉਹਦੇ ਵਿੱਚ, ਉਸ ਐਨਰਜੀ ਨੂੰ ਜੇ ਰਾਈਟ ਡਾਇਰੈਕਸ਼ਨ ਵਿੱਚ ਚੈਨਲਾਈਜ਼ ਕਰਨਾ ਹੈ ਤਾਂ ਸਾਨੂੰ ਇਹ ਚੀਜ਼ਾਂ ਕਰਨੀਆਂ ਹੋਣਗੀਆਂ।
लेकिन मैं कहूँगा नंबर वन प्रायोरिटी जी है वो इकोनमी है। उस किस तरह असी पंजाब की इकोनमी फिर फायरअप करिए, किस तरह असी इत्थे इन्वेस्टमेंट लैके आईए, किस तरह असी पंजाब की इनकम वधाइए, तो किस तरह असी कर्जिया कटाइए, उदे नाल वेस्टफुल एक्सपेंडिचर जिहड़ा हैगा उहनू भी कंट्रोल करना जरूरी है। गुजराल साहब आखिर दे विच जांदे जांदे दस दो लास्ट को छोटा जिहा कमेंट, इस समय की जिहड़ी पोलिटिकल स्थिति हैगी है पंजाब की उसनू लैके हुण तक दी असैसमेंट जिहड़े सारे एक्सपर्ट्स ने वो ये कर रहे हैं कि क्लीयर मेजोरिटी दे विच शायद कोई भी ना आ पाए, यह हंग असैम्बली वाल नू सिचुएशन वध रही हैगी है। जिस तरह की सिचुएशन बन जाती है, थोड़ा हाइपोथेटिकल सवाल पूछ रहे हैं, जिस तरह की सिचुएशन बन जाती है अकाली दल किहदे नाल जा सकदा? अकाली BSP ते हुण इक धिर हो गए, अकाली दल किहदे नाल जा सकदा? क्योंकि कई बार दुश्मन के मोढ़े ते भी बाहर रख लैंदे आ पॉलिटिक्स दे विच। तुसीं बड़ा डेलीकेट सवाल पूछा है, एक गल मैं तुहानूं साफ दस दूं, हंग असैम्बली नहीं होएगी। पंजाबी डिसाइसिव है, वो हमेशा जिहड़ा उहदा डिसीजन होंदा है वो डिसाइसिव होंदा है। यह सारे जिहड़े इस वेले मीडिया ते बाकी लोग गल कर रहे हैं कि हंग असैम्बली होएगी, मैं एक्सैप्ट नहीं करता। मेरा मानना है कि जिहड़ी जिहदी भी सरकार आएगी डिसाइसिव मेजोरिटी नाल आएगी। लेकिन जिहड़ा जे मान लो हंग असैम्बली है, अज प्रेडिक्ट करना बड़ा मुश्किल है। ओबवियसली तुहानूं इह देखना पएगा, जिस तरह असीं कांग्रेस नाल नहीं जा सकते, उस वेले साडी वर्किंग कमेटी बैठेगी, लीडरशिप फैसला करेगी कि किहदे नाल। मैं जिस तुहानूं याद होएगा आपने कांग्रेस नाल दिल्ली कीती सी, मैं यही कह लगा सी, 2 महीने चली सी, हां यही, कदी 49 दिन, कदी ओ कदी इह जिहा मजाक नहीं करना चाहिए स्टेट नाल। बैटर कि भाई तुसीं असीं बैठ जाइए, ठीक है जी, भावें प्रेजिडेंट रूल लग जाए, होर चुनाव दोबारा करा लीए, लेकिन कदी कॉम्प्रोमाइज नहीं होना चाहिए कि तुसीं स्टेट नूं पॉसिबिलिटी कितने देखते हो, वो बड़ा मुश्किल है जी अच कहना। मैं साफ तौर पर गल कर रहा ना, मैं कॉम्पिटेंट हैगा इस गल, उस वेले की सिचुएशन आती है की नहीं आती, अज प्रिडिक्ट करना किदे कोल की नंबर होणगे, वो बड़ा मुश्किल है इस गल नूं अज प्रिडिक्ट करना। बहुत धन्यवाद गुजराल साहब साडे नाल गलबात करन लई, दैनिक सवेरा दे स्टूडियो दे विच पहुंचण लई। सो सन नरेश गुजराल बहुत खुल के गल्लां बातां कीतियां ने, कई सवालों के उत्ते उन्होंने बड़ी खुल के अपनी एक राय रखी है, कॉन्फिडेंट हैगे ने कि हंग असैम्बली वाली स्थिति छेती कित नहीं बन रही, कहिंदे ने क्लीयर मैंडेट जरूर मिलेगा। हालांकि पंजाब का इतिहास रहा है कि पंजाब ने हमेशा एक पासड़ वोट किया है, पर इस वाली स्थिति इसलिए भी थोड़ी औखी लग रही है क्योंकि बहुत सारिया धिरं मैदान के उतरिया हुई ने। सुखबीर बादल 80 सीटा का दावा कर रहे हैं, हालांकि गुजराल साहब ने कोई दावा नहीं किया, पर उस पासे इशारा कर रहे हैं कि क्लीयर मैंडेट वाल अकाली दल वध रहा है, पर अंतिम फैसला वोटर ने करना है। देश दुनिया की बाकी खबरों के लिए बने रहो दैनिक सवेरा के नाल, फिलहाल के लिए धन्यवाद।